सतगुरु राम सिंह जी दे अवतार धारण समय दी अलौकिक घटना नु चित्रया गया है। ए घटना माघ सुदी पंचमी ते छेवीं दी रात सन 1872 विक्रमी 1816 ईस्वी पिंड राइया जिला लुधियाने दी है। प्रसूत समय माता सदा कौर दे उदर तो एक मास पानी दी मश्क जेही पैदा हुई सी। उस विचों पानी जिहा वगिया उस नु घर विच ही दब दिता गया। पिता बाबा जसा सिंह जी हे राम की दा की हो गया कहिंदे हुए घरों बाहर चले गए। माता सदा कौर जी जद इशनान करके कमरे विच आए ता एक आश्चर्य कौतक वेख्या। एक अत सुंदर सूरज दे प्रकाश वर्गा तेजस्वी बाल मंजे ते खेड रहा सी। बाबा जसा सिंह जी ने दर्शन कीते ता सतगुरां दा नाम राम धन रखिया। ਸੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਪਤਾ ਸੀ ਕਿ ਸਾਡੇ ਘਰ ਬੱਚਾ ਹੋਣਾ। ਜਿਸ ਦਿਨ ਬੱਚਾ ਹੋਣ ਦਾ ਵਕਤ ਹੋਇਆ ਇਹੋ ਹੀ ਰਾਤ ਜਿਹੜੀ ਆਉਣ ਵਾਲੀ ਹੈ ਉਦਾਈ ਨੂੰ ਬੁਲਾਇਆ। ਇੱਕ ਅੰਦਰੋਂ ਜਲ ਪਾਣੀ ਦੀ ਕੰਧ ਮਸ਼ਕ ਜਿਹੀ ਬਣੀ ਹੋਈ ਨਿਕਲੀ। ਦਾਈ ਨੇ ਬਾਬੇ ਨਾਲ ਨੂੰ ਸੱਦਿਆ ਕਿ ਆਹ ਕੁਛ ਨਿਕਲਿਆ ਹਿੰਦੂ ਮਤ ਅਨੁਸਾਰ। ਉਹਨੂੰ ਪੀਲਾ ਲਾਇਆ ਪਾਣੀ ਨਿਕਲ ਗਿਆ। ਹਿੰਦੂ ਮਤ ਅਨੁਸਾਰ ਜਿਹੜੀ ਇਹੋ ਜਿਹੀ ਚੀਜ਼ ਹੋਵੇ ਹਿੰਦੂ ਬਾਹਰ ਨੀ ਉਹਨੂੰ ਲਿਜਾਂਦੇ। ਉਹਨਾਂ ਉੱਥੇ ਦੁਆ ਬੁੱਢਿਆ ਇੱਕ ਪਾਸੇ ਦੱਬ ਦਿੱਤੀ। ਬਾਬਾ ਜੀ ਰਾਮ ਰਾਮ ਦਾ ਭਜਨ ਕਰਦੇ ਹੁੰਦੇ ਕਹਿਣ ਲੱਗੇ ਹੇ ਰਾਮ ਕੀ ਦਾ ਕੀ ਹੋ ਗਿਆ। ਹੁਣ ਇਹ ਗੱਲਾਂ ਕਰਦੇ ਹਨ ਮਾਤਾ ਜੀ ਨੇ ਇਸ਼ਨਾਨ ਕਰ ਲਿਆ। ਸਤਿਗੁਰੂ ਜੀ ਪਰਮ ਉੱਤੇ ਛੇੜਦੇ ਹਨ। ਕਬੀਰ ਜੀ ਨੇ ਲਿਖਿਆ ਸੰਤਕ ਨਹੀਂ ਪਰਾ ਚੋਣ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਗੋਸਵਾਮੀ ਐਸਮ ਠਾਕੁਰ ਜਾਚਾ ਮਾਈ ਨੋ ਬਾਪੋਰੇ। ਗੁਰੂ ਅਰਜਨ ਦੇਵ ਮਹਾਰਾਜ ਭੈਰੋ ਰਾਗ ਵਿੱਚ ਕਹਿੰਦੇ ਸਗਲੀ ਤੀਰ ਪਾਸਦਾਰ ਰਾਖੀ ਅਸ਼ਟਮ ਤੀਰ ਗੋਬਿੰਦ ਜਨਮਾ ਸੀ ਬਰਮ ਭੂਲੇ ਨਰ ਕਰਦ ਕਿਚਰਾਇਣ ਜਨਮ ਮਰਨ ਤੇ ਰਹਿਤ ਨਰਾਇਣ। ਉਹ ਜਨਮ ਨਾ ਮਰਾ ਸਗਲ ਪ੍ਰਾਣ ਦੇ ਹਲੋ ਰੋਡੀ ਸੁੰਘ ਜਲੋ ਜਿਸ ਕਹੇ ਠਾਕੁਰ ਜੋਨੀ। ਉਹ ਸੜ ਜਾ ਨੂੰ ਜਿਹੜਾ ਕਹਿੰਦਾ ਸਤਗੁਰੂ ਜੋਨ ਦੇ ਰਸਤੇ ਆਉਂਦਾ ਕਿਉਂਕਿ ਉਹ ਅਜੋਨੀ ਹੈ। ਰੌਲਾ ਪਿਆ ਦਾਈ ਤੇ ਆ ਕੇ ਆਖੇ ਜੱਸੇ ਦਰਬਾਰ ਦੇ ਘਰ ਮਸ਼ਕ ਜੰਮੀ ਹੈ। ਮੰਜੇ ਜਾ ਕੇ ਦਰਸ਼ਨ ਕਰਕੇ ਕਈ ਜਿਹੜੀਆਂ ਪਿੰਡ ਦੀਆਂ ਜਨਾਨੀਆਂ ਉਹਨੇ ਆਖਿਆ ਤੂੰ ਐਵੇਂ ਝੂਠ ਬੋਲਦੀ ਹੈ ਉਹਦੇ ਸੂਰਜ ਵਰਗਾ ਪ੍ਰਕਾਸ਼ ਵਾਲਾ ਬੱਚਾ ਉਹਨਾਂ ਦੇ ਘਰ ਹੈ। ਦਾਈ ਕਹਿੰਦੀ ਹੈ ਮੈਂ ਆਪਣੇ ਹੱਥੀ ਕੱਪ ਕੇ ਆਈ ਹੈ ਮਸ਼ਕ। ਉਹ ਕਹਿੰਦੇ ਜਾ ਕੇ ਵੇਖ। ਜਿਸ ਵੇਲੇ ਦਾਈ ਨੇ ਜਾ ਕੇ ਦੇਖਿਆ ਮੁਸਲਮਾਨੀ ਸੀ ਉਹਨੇ ਹੁਕਮ ਦਿੱਤਾ ਪਿੰਡ ਚ ਖਾਕੀ ਦੀ ਹੈ ਦੂਰੀ। 1708 ਈਸਵੀ ਦੇ ਦਸਮ ਪਾਤਸ਼ਾਹ ਦੇ ਨਿਦੇੜ ਦੇ ਕੌਤਕ ਤੋਂ ਬਾਅਦ ਸਿੱਖ ਮਿਸਲਾਂ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਸਿੱਖਾਂ ਵਿੱਚ ਅਚਾਨਕ ਤੌਰ ਤੇ ਗਿਰਾਵਟ ਆਈ ਸੀ ਉਸ ਦੀ ਝਾਕੀ ਦਿਖਾਈ ਹੈ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਮਹਾਰਾਜਾ ਲੋ ਰਹਾਨਾ ਪੰਥ ਕਾ ਪੁਰਾਣਾ ਢੰਗ ਫਿਰ ਬਦਲਾਨਾ ਰੰਗ ਕੂਪ ਪੰਗ ਜਿਉਂ ਪਰੈ। ਮਹਾਰਾਜਾ ਰਣਜੀਤ ਸਿੰਘ ਤੱਕ ਤਾਂ ਪੰਥ ਦਾ ਪੁਰਾਣਾ ਢੰਗ ਰਿਹਾ। ਸਿੱਧੇ ਦਸਤਾਰੇ ਖੁੱਲ੍ਹੇ ਸਿੱਧੇ ਦਾੜੇ ਅਤੇ ਸਿੱਖੀ ਮਰਜ਼ਾਦਾ ਦੇ ਧਾਰਨੀ ਸਿੱਖ ਰਹੇ। ਮਹਾਰਾਜਾ ਦੇ ਪਿੱਛੋਂ ਸਿੱਖੀ ਚਰਿੱਤਰ ਵਿਗੜ ਗਿਆ। ਜਿਸ ਤਰ੍ਹਾਂ ਖੂਹ ਵਿੱਚ ਭੰਗ ਸੁੱਟਣ ਨਾਲ ਖੂਹ ਦੇ ਨਿਰਮਲ ਜਲ ਦਾ ਰੰਗ ਵੀ ਬਦਲ ਜਾਂਦਾ ਹੈ ਅਤੇ ਉਸ ਵਿੱਚੋਂ ਬਦਬੋ ਵੀ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਸਿੱਖੀ ਦੀ ਹਾਲਤ ਹੋਈ। ਗਿਆਨੀ ਗਿਆਨ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ ਜਾਗ ਜਿਨ ਕੇ ਵਡੇਰੇ ਬਾਣੀ ਪੜ੍ਹਦੇ ਸਵੇਰੇ ਗੁਰੂ ਗ੍ਰੰਥ ਵਿਨ ਹੇਰੇ ਅੰਨ ਜਲ ਪਾਨ ਨਾ ਕਰੈ ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਹਾਂ ਬਖਿਆਤੀ ਪਾਏ ਹੈ ਨਾ ਚਾਤੀ ਮੂਸ ਖਾਤ ਗ੍ਰੰਥ ਚੇ ਪਰੈ ਜਪ ਜੀ ਨਾ ਰਹਿ ਰਸ ਪੜ੍ਹੇ ਸੁਣੇ ਕਵੀ ਖਾਸ ਔਰ ਜੋ ਪੜ੍ਹਤ ਪਾਸ ਹਾਸ ਤਿੰਨ ਜੋਰ ਕਰੈ ਕਹਾਂ ਰਵ ਬਹਿ ਰਹਾ ਹੈ ਗਹਿਰਾ ਪੁਕਾਰੇ ਜੋ ਤੂੰ ਸ਼ਹਿਰਾਂ ਮੇਂ ਜਾਏ ਲੁਕਮੇ ਰਜਾਏ ਲੇਤ ਹੈ। ਪਹਿਲੇ ਵਾਲੇ ਸਿੱਖ ਆਪਣੇ ਭਜਨ ਬਾਣੀ ਦੇ ਨਿਤਨੇਮ ਦੇ ਇੰਨੇ ਪੱਕੇ ਸਨ ਕਿ ਇਸ਼ਨਾਨ ਕਰਕੇ ਆਪਣਾ ਨਿਤਨੇਮ ਪੂਰਾ ਕਰਨ ਤੋਂ ਬਿਨਾਂ ਨਾ ਤਾਂ ਪਾਣੀ ਪੀਂਦੇ ਸਨ ਅਤੇ ਨਾ ਹੀ ਲੰਗਰ ਛਕਦੇ ਸਨ। ਪਿੱਛੋਂ ਦੇ ਸਿੱਖ ਜੇ ਕੋਈ ਵਿਰਲਾ ਬਾਣੀ ਪੜ੍ਹਦਾ ਸੀ ਤਾਂ ਕਹਿੰਦੇ ਸੀ ਰੱਬ ਬੋਲਾ ਹੈ ਜਿਸ ਨੂੰ ਉੱਚੀ ਉੱਚੀ ਸੁਣਾਉਣਾ ਹੈ। ਸਿੱਖੀ ਦੇ ਬਾਣੀ ਨੂੰ ਵੀ ਪਸੰਦ ਨਹੀਂ ਸਨ ਕਰਦੇ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਔਰੇ ਰੀਤ ਔਰੇ ਮੀਤ ਔਰੇ ਪ੍ਰਤੀਤ ਪ੍ਰੀਤ ਖਾਨ ਪਹਿਰਾਨ ਗਿਆਨ ਮਾਨ ਔਰੇ ਜਨ ਕੇ ਡਾਰੇ ਦਸਤਾਰੇ ਸਾਫੇ ਪਾਰੇ ਹੈ ਸੰਭਾਰੇ ਅੱਛੇ
कछे तज गए तोती सुठू तंग तन के तारे हैं गरारे तंबे तहमत अदक लंबे जिन्हें देख सिखी गऊ कंबे तुर्क गन के सिखी दसमेश की सुखी अपर देश की सिखी परिपेश की शनार बन ठान के कोई बार पारे ऊंचे नाक नोचे मोचने ले कोई खोचे लतन को सोचे न लखाए हैं अगे जाके देखदे हन सिखन के पूत मजबूत सिंह नाम बारे हाईवे कसाई रहे सिखी गऊ काए हैं। सिखी दी ए हालत हो गई शर्म तर्म सब त्याग दिते सन मास खान विच फकर समी दे सन शराब पी के रंग रलियां मानन विच इज्जत ते वड्याई समी दे सन अपना सिखी बाणा भी पौना छड़ दिता सी शहरे त्याग दिते अते तोतियां तंबे गराले अते लंबे लंबे तहमत बन लाए केसां दी व्यवधि करनों भी नहीं सन डरदे। श्री सतगुर प्रताप सिंह जी दा पवित्र उपदेश जो पुरुष मलेश कर्म करता गुरु गोबिंद सिंह जी के कथन अनुसार नाम असुर तेन को पुन कर उन्होंने नाम असुर हो गया तो यह हालत सिखा की हो गई सिखा भजन बाणी छड़ दिता सिखा कंजरिया रख लिया औरत छड़ दतिया मुंडे रख ले कंजरिया दे जान लग पे क्योंकि गुरु गोबिंद सिंह जी तो पहले ही सौ साठी दिले गए थे जनका मुसली सेवा सरदार तिन कर जन्मे कौम गवार सरदार कंजरिया मुसलियां सेवे उन्होंने घर जमने के कामे क्योंकि वह भी तो बेचारिया नहीं ना बच सकिए जे कामे रहेंगे उन्होंने खराब हो गए उस हालत सतगुरु राम सिंह साहिब सच्चे पातशाह का प्रकाश होया क्योंकि गुरु गोबिंद नानक देव ने करनी नवे दिल से वचन पाल नहीं सकेंगे बहुत खाणगे गम फिर करूंगा खालसा दूसरी बार खालसा पैदा करांगा स्वयं सिंह का रूप दिखावे चिट्टे वस्त्र वाले होणगे दामन गर्ग शब्द मुखो आया ओ समा आया भाई ज्ञान सिंह जी ज्ञानी कहते हैं गुरु गोबिंद सिंह जी ने गुरु बालक सिंह जी नूं दर्शन दिता और कहा कि मेरा अवतार राम सिंह होवेगा ऐ पर गुरु दशम दर्श दै जो कहो ता है मेरो अवतार उस राम सिंह है पर है परे इसी एक ता है और काहे माहे नाहे निज शब्द रखाई गुर वाक सिद्ध थे करे जेड़ी शक्ति सी होर किसे च ना रखी क्यों कि गुरु का हुक्म सी गुरु गोबिंद सिंह का कि मेरा रूप होणगे ठाकर आवणगे ओ लैणगे अपनी इमानत आके खालसा राज समय सन 1841 ईस्वी अते 1898 विक्रमी नूं कवर नौ निहाल सिंह वाली अरेंजमेंट पेशावर जा रही सी हजरों साहिब ठहरी जिस विच सतगुरु राम सिंह जी भी शामिल सन वो अपने साथियों नाल सतगुरु बालक सिंह जी दे दर्शन करन गए जो अगों उठ के मिले ते आख्या आओ ठाकर जी असीं आप जी दी इंतजार कर रहे हां फिर उन्होंने आसन ते बिठा के सतगुरु बालक सिंह जी ने श्री गुरु गोबिंद सिंह जी दे दित्ते हुक्म अनुसार श्री सतगुरु राम सिंह जी नूं 5 पैसे ते नारियल अगे रख के गुरगद्दी दी अमानत सौंप दित्ती। जिस दे तुसी दर्शन कर रहे हो ये अकाल बुंगा श्री सतगुरु राम सिंह जी का तप स्थान है। सतगुरु जी ने इत्थे बने कोठे विच थड़े दे 4 चपेरे नाली बनवाई सी ताकि कीड़ा पतंगा अंदर जाके भजन बंदगी करदियां नूं परेशान करन दी कोशिश ना करे। इत्थे सच्चे पातशाह जी ने 20 साल होर तपस्या कीती। श्री गुरु गोबिंद सिंह जी अपने 12वें जामे बारे भविक्त वाक लिखते हैं गुरिंड नामा पातशाही 10वीं थित कष्टमी सुरगुरवारा तसमंत नगर सतनुद कनारा राम सिंह मेरो होए नामा वाढ़ी सुद पैणी को तामा द्वादश पुरख है आद से सब हन के सिर मोर शक्त अनंती आए हैं आद यह नहीं और।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਿੰਡਨਾਮੇ ਪਾਤਸ਼ਾਹੀ ਦਸਵੀਂ ਵਿੱਚ ਲਿਖਦੇ ਹਨ ਕਿ ਕਲ ਯੁਗ ਮੈਂ ਸਤਯੁਗ ਵਰਤਾਉਂ ਤਵੀ ਬਾਰ ਮਾਂ ਬਾਪ ਕਹਾਉਂ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਪਾਏ ਇਹ ਹੁਕਮ ਪਰਮੇਸ਼ ਕਾ ਵਿਸ਼ੇਸ਼, ਫਿਰ ਰਾਮ ਮਰਗੇਸ਼ ਉਪਦੇਸ਼ ਦੇਣ ਲਾਗਿਓ, ਹੁੱਕੇ ਛਡਵਾਏ ਰਖਵਾਏ ਕੇਸ ਮੋਨਿਓ ਕੇ, ਸੁਧਾ ਸ਼ੱਕ ਥਾਏ ਸਿੱਖ ਭਾਗ ਜਿਨੇ ਜਾਗਿਓ, ਫੈਲਿਓ ਜਸ ਪਾਰੀ ਸਿੱਖ ਥੀਏ ਤਾਂ ਕੇ ਉਪਾਰੀ, ਸਿੰਘ ਪੰਥ ਵਰਦਾਇਓ ਨਾਮ ਰਸ ਪਾਗਿਓ, ਫੀਮ ਭੰਗ ਪੋਸਤ ਸ਼ਰਾਬ ਮਾਸ ਚੋਰੀ ਯਾਰੀ, ਠੱਗੀ ਤਾਈ ਥੀਏ ਸੰਤ ਸਤਯੁਗ ਆ ਗਿਓ। ਸ੍ਰੀ ਸਤਿਗੁਰ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਦੁੱਖ ਜੰਗ ਸਿਓ ਮਿਟਾਓ, ਸਾਰੀ ਧਰਤੀ ਤੋਂ ਗਊ ਦਾ ਦੁੱਖ ਮਿਟਾਉਣਾ ਹੈ। ਗੁਰਿੰਦਨਾਮੇ ਵਿੱਚ ਉਸਨੂੰ ਅਗਰ ਦੇਖਿਆ ਜਾਏ, ਪੜ੍ਹਿਆ ਜਾਏ, ਪਤਾ ਲੱਗਦਾ ਹੈ ਕੁਛ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਜਾਮੇ ਧਾਰੇ ਦਸ ਗੁਰੂ ਨਵ ਸਤ ਕਲਾ ਸੁਧਾਰ, ਦਸ ਜਾਮੇ ਸੋਲਾਂ ਕਲਾ ਸੰਪੂਰਨ ਧਾਰੇ, ਗੁਪਤ ਯਾਰਵਾਂ ਖੇਲ ਸੀ ਕੋਈ ਨਾ ਪਾਵੇ ਪਾਰ। ਫਿਰ ਕਹਿੰਦੇ ਦਾਸ ਪੁਰਖ ਹੈ ਆਦਿ ਸੇ ਸਭ ਹਨ ਕੇ ਸਿਰ ਮੌਰ, ਸ਼ਕਤ ਅਨੰਤੀ ਆਏ ਹੈ ਆਦਿ ਹੈ ਨਹੀਂ ਔਰ। ਸੋਲਾਂ ਕਲਾ ਸੰਪੂਰਨ ਫਲਿਆ, ਗੁਰਬਾਣੀ ਚ ਲਿਖਿਆ ਅਨੰਤ ਕਲਾ ਹੋ ਚਾਦਰ ਚੜਿਆ, ਅਨੰਤ ਕਲਾ। ਸੋਲਾਂ ਕਲਾ ਤੱਕ ਅਵਤਾਰਾਂ ਦੀ ਗਿਣਤੀ ਕੀਤੀ, ਸਾਹਿਬ ਕਹਿੰਦੇ ਕਿ ਮੇਰਾ ਅਵਤਾਰ ਬਾਰਵਾਂ ਜਿਹੜਾ ਹੋਵੇਗਾ ਉਹ ਅਨੰਤ ਕਲਾ ਵਾਲਾ ਹੋਵੇਗਾ। ਫਿਰ ਪੜ੍ਹੋ ਉੱਥੇ ਲਿਖਿਆ ਹੈ, ਸ਼ਾਸਤਰ ਵੇਦ ਪੁਰਾਣ ਨਿਰਖਾਵੇ, ਛੇ ਸ਼ਾਸਤਰ ਚਾਰ ਵੇਦ ਦਸ ਪੁਰਾਣ ਅਠਾਰਾਂ ਕਟਾਈ ਬਣ ਗਿਆ। ਸ਼ਾਸਤਰ ਵੇਦ ਪੁਰਾਣ ਨਿਰਖਾਵੇ, ਨਾਗ ਵਰਸ ਤਬ ਕਰਨ ਮਿਲਾਵੇ, ਨਾਗਾਂ ਦੀਆਂ ਕੁਲਾਂ ਨੌ, ਵਸੂ ਅੱਠ, ਨੌ ਤੇ ਅੱਠ ਸਤਾਰਾਂ, ਕਰਨ ਦੋ ਕੰਨ, ਉੱਨੀ ਉੱਨੀ ਸੌ ਅਠਾਈ ਸੰਮਤ ਵਿੱਚ ਅਨੇਕ ਦੇਸ਼ ਬਿਪਰੈ ਸਦਾ, ਅਨੇਕਾਂ ਦੇਸ਼ਾਂ ਚ ਸਤਿਗੁਰੂ ਜਾਣਗੇ। ਫਿਰ ਸਗਲ ਦੀਪ ਭਵਨ ਮੈਂ ਜਾਣੀ, ਹੋਏ ਕਿਰਪਾ ਸਭ ਦਰਸ ਦਿਖਾਈ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਦੇ ਛੋਟੇ ਭਰਾ ਬਾਬਾ ਬੁੱਧ ਸਿੰਘ ਜੀ, ਸਤਿਗੁਰ ਹਰੀ ਸਿੰਘ ਜੀ ਜੋ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਦੇ ਧਰਮ ਪ੍ਰਚਾਰ ਆਦਿਕ ਵੱਲ ਧਿਆਨ ਨਹੀਂ ਸਨ ਦਿੰਦੇ, ਉਹ ਇੱਕ ਦਿਨ ਖੇਤਾਂ ਵਿੱਚੋਂ ਹਲ ਵਾਹ ਕੇ ਆਏ ਤਾਂ ਸਤਿਗੁਰੂ ਰਾਮ ਸਿੰਘ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਇਹ ਕਾਰ ਛੱਡ ਦਿਓ, ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ, ਮਾਲਾ ਫੇਰੋ ਅਤੇ ਸੰਗਤ ਦੀ ਆਓ ਭਗਤ ਵੱਲ ਧਿਆਨ ਕਰੋ। ਬਾਬਾ ਬੁੱਧ ਸਿੰਘ ਜੀ ਨੇ ਸੱਤ ਬਚਨ ਕਹਿ ਕੇ ਸਤਿਗੁਰਾਂ ਦਾ ਬਚਨ ਮੰਨ ਲਿਆ ਅਤੇ ਸੰਗਤ ਦੀ ਆਓ ਭਗਤ ਵੱਲ ਧਿਆਨ ਦੇਣ ਲੱਗੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪੰਗੂਆਂ ਸਮੇਤ ਚਨਾਹ ਦਰਿਆ ਪਾਰ ਕਰ ਰਹੇ ਹਨ। ਸਤਿਗੁਰਾਂ ਦੀ ਜ਼ਾਹਰਾ ਕਰਾਮਾਤ ਦੇਖ ਕੇ ਬੇੜੀ ਵਿੱਚ ਸਵਾਰ ਹੋਏ ਲੋਕ ਅਤੇ ਮਲਾਹ ਹੈਰਾਨ ਹੋ ਰਹੇ ਹਨ ਕਿ ਇਹ ਕੋਈ ਰੱਬੀ ਅਵਤਾਰ ਹੀ ਹੋ ਸਕਦਾ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਬੀਬੀ ਸਾਹਿਬ ਕੌਰ ਅਤੇ ਉਸਦੇ ਪੁੱਤਰ ਨੂੰ ਅਗਨ ਭੇਟ ਕਰਕੇ ਬਖਸ਼ਣਾ, ਇਸ ਬਾਰੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪਵਿੱਤਰ ਉਪਦੇਸ਼। ਗੰਗਾ ਦੇ ਖੰਡੇ ਉੱਤੇ ਮਾਈ ਸਾਬੋ ਬੱਦਰੀ ਵਾਲੀ ਨੂੰ ਉਹਦੇ ਪੁੱਤਰ ਲਾਲ ਸਿੰਘ ਸਣੇ ਮੈਨੂੰ ਸੁਭਾਗ ਪ੍ਰਾਪਤ ਹੋਇਆ, ਉਸ ਮਾਤਾ ਦਾ ਦਰਸ਼ਨ ਕੀਤਾ, 111 ਸਾਲ ਦੀ ਹੋ ਕੇ ਮਾਈ ਦਾ ਸਰੀਰ ਚੱਲਿਆ। ਉਹ ਲਾਲ ਸਿੰਘ ਜਿਹੜਾ ਉਹਦਾ ਪੁੱਤਰ ਸੀ ਉਹਨੂੰ ਵੀ ਮੈਂ ਚੰਗੀ ਤਰ੍ਹਾਂ ਦੇਖਦਾ ਰਿਹਾ। ਮਹਾਤਾ ਗੋਦੀ ਵਿੱਚ ਮਾਈ ਜਿਹੜਾ ਨਿਰਮਲੇ ਸੰਤਾਂ ਨੂੰ ਮਿਲ ਕੇ ਕਹਿੰਦੀ ਸੀ ਇਹ ਅਮਰ ਹੈ ਆਤਮਾ, ਪਰ ਕਹਿੰਦੀ ਸੀ ਸਤਿਗੁਰ ਕਹਿੰਦੇ ਸੀ ਤੇਰੀ ਕਥਨੀ ਹੈ ਅਜੇ, ਤੇਰੀ ਕਰਨੀ ਨਹੀਂ ਹੋਈ। ਗੰਗਾ ਦੇ ਕੰਢੇ ਉੱਤੇ ਬਣਾ ਕੇ ਤੁਸ਼ਾ ਉੱਤੇ ਬਹਾ ਦਿੱਤੀ ਮਾਈ, ਲਾ ਦਿੱਤੀ ਅੱਗ, ਲੱਗੀ ਮੱਚਣ। ਤਾਂ ਮਾਈ ਦੇ ਚਿੱਤ ਚ ਖਿਆਲ ਆਇਆ ਕਿ ਮੈਂ ਪੁੱਤਰ ਨੂੰ ਤੇ ਬਾਹਰ ਸੁੱਟ ਰਿਹਾ, ਗੋਦੀ ਚ ਪੁੱਤਰ ਸੀ ਤੇ ਬਾਹਰੋਂ ਖਲੋਤੇ ਆ ਗਏ, ਸੁੱਟ ਖਾ ਪੁੱਤਰ ਨੂੰ ਬਾਹਰ, ਜੇ ਨਹੀਂ ਜੇ ਨਾਲੇ ਤਾਂ ਢਿੱਡ ਨਾ ਪਾੜ ਦਿੱਤਾ।
ਉਹਦੇ ਮਨ ਵਿੱਚ ਆਈ। ਫਿਰ ਉਸ ਮਾਈ ਨੇ ਉਹ ਅੱਗ ਮੱਛੀ ਜਲੀ, ਕਹਿਣ ਲੱਗੀ ਮੇਰੇ ਉੱਤੇ ਇਸ ਤਰ੍ਹਾਂ ਕੰਬਲ ਲਈ ਹੋਈ ਸੀ। ਜਿਸ ਵੇਲੇ ਅੱਗ ਮੱਚੀ ਉੱਤੋਂ ਦੀ ਅੱਗ ਲੱਗੀ ਡਿੱਗਣ, ਤੇ ਮੈਂ ਕਿ ਜਿੱਦ ਚ ਦੇਖਿਆ, ਮੈਂ ਕਿ ਐਂ ਕਰਕੇ ਕੰਬਲ ਹਿਲਾਈ, ਹਿਲਾਈ ਤੇ ਕੋਲੇ ਉੱਤੋਂ ਡਿੱਗ ਪਏ ਤੇ ਕੰਬਲ ਦੇ ਵਾਲ ਬਾਹਰ ਲੈ ਨਾ ਸਿਰੇ। ਫਿਰ ਮੇਰੇ ਜਿੱਦ ਨੂੰ ਨਿਸ਼ਚਾ ਹੋ ਗਿਆ ਵੀ ਮੈਂ ਹੁਣ ਨਹੀਂ ਚੜ੍ਹ। ਹਰਿਦੁਆਰ ਦੇ ਕੁੰਭ ਸਮੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੰਗਤ ਦੀ ਪ੍ਰੀਖਿਆ ਲੈ ਰਹੇ ਹਨ। ਇੱਕ ਪਾਸੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਤੇ ਦੂਜੇ ਪਾਸੇ ਸਾਰੀ ਸੰਗਤ ਦਾ ਅੱਗ ਲੱਗੀ ਗੇਲੀ ਨੂੰ ਚੁੱਕਣਾ ਤੇ ਉਸ ਦਾ ਚੁੱਕਿਆ ਨਾ ਜਾਣਾ, ਇਸ ਪ੍ਰਕਾਰ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖ ਸੰਗਤ ਦੀ ਪ੍ਰੀਖਿਆ ਲੈ ਕੇ ਸਿੱਧ ਕਰ ਦਿੱਤਾ ਕਿ ਸੰਗਤ ਸਤਿਗੁਰੂ ਦਾ ਸਥਾਨ ਨਹੀਂ ਲੈ ਸਕਦੀ। ਜਿਹੜੀ ਗੇਲੀ ਸੰਗਤ ਤੋਂ ਨਾ ਚੁੱਕੀ ਗਈ, ਉਹ ਸਤਿਗੁਰਾਂ ਨੇ ਗੁਰੂ ਹਰੀ ਸਿੰਘ ਜੀ ਨੂੰ ਸੱਦ ਕੇ ਕਿਹਾ ਕਿ ਆ ਭਾਈ, ਇਹ ਤੇਰਾ ਮੇਰਾ ਹੀ ਕੰਮ ਹੈ, ਮੇਰੀ ਕਾਰ ਨੂੰ ਤੂੰ ਹੀ ਸੰਭਾਲ ਸਕੇਗਾ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸ਼ਿਕਾਰੀ ਦੇ ਪਿੰਜਰੇ ਚੋਂ ਨਿਰਦੋਸ਼ ਪੰਛੀਆਂ ਨੂੰ ਆਜ਼ਾਦ ਕਰਵਾ ਰਹੇ ਹਨ। ਸਤਿਗੁਰੂ ਰਾਮ ਸਿੰਘ ਜੀ ਨੇ ਧਰਮ ਪ੍ਰਚਾਰ ਦੌਰਿਆਂ ਦੇ ਸਮੇਂ ਉਹਨਾਂ ਅਨੇਕ ਮਨਮੁੱਖਾਂ ਨੂੰ ਗੁਰਮੁਖ ਬਣਾਇਆ ਜਿਨ੍ਹਾਂ ਦਾ ਆਹਾਰ ਮਾਸ ਤੇ ਸ਼ਰਾਬ ਸੀ। ਆਪ ਜੀ ਨੇ ਉਹਨਾਂ ਨੂੰ ਸੱਚ ਦਾ ਮਾਰਗ ਦਰਸਾਇਆ ਅਤੇ ਜੀਵਤ ਮਰੈ ਤਾਂ ਸਭ ਕੁਛ ਸੂਝੈ, ਅੰਤਰ ਜਾਣੇ ਸਰਬ ਦਇਆ, ਨਾਨਕ ਤਾਂ ਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀਆ ਦੀ ਸਿੱਖਿਆ ਦੇ ਕੇ ਉਹਨਾਂ ਦੇ ਪਿੰਜਰਿਆਂ ਵਿੱਚੋਂ ਨਿਰਦੋਸ਼ ਪੰਛੀਆਂ ਅਤੇ ਹੋਰ ਜੀਵਾਂ ਨੂੰ ਆਜ਼ਾਦ ਕਰਵਾਇਆ। ਇਸੇ ਤਰ੍ਹਾਂ ਅਕਾਲ ਪੁਰਖ ਸ੍ਰੀ ਸਤਿਗੁਰ ਜਗਜੀਤ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਆਉਂਦਾ ਹੈ ਕਿ ਕਈਆਂ ਦੇ ਘਰਾਂ ਵਿੱਚ ਪਿੰਜਰਿਆਂ ਦੇ ਵਿੱਚ ਤੋਤੇ ਰੱਖੇ ਹੋਏ ਹੁੰਦੇ ਹਨ। ਜੇਕਰ ਸਾਨੂੰ ਕੋਈ ਪਿੰਜਰੇ ਵਿੱਚ ਪਾ ਲਵੇ ਸੋਹਣਾ ਦੇਖ ਕੇ ਤਾਂ ਸਾਡੀ ਕੀ ਹਾਲਤ ਹੋਵੇਗੀ? ਸਭ ਜੀਆਂ 'ਤੇ ਤਰਸ ਕਰਿਆ ਕਰੋ, ਉਹਨਾਂ ਨੂੰ ਛਡਾ ਦਿਆ ਕਰੋ। 1858 ਈਸਵੀ ਵਿੱਚ ਭਾਈ ਰਾਏ ਸਿੰਘ ਨੂੰ ਸਿੱਖੀ ਦੀ ਰਹਿਤ ਮਰਜ਼ਾਦਾ ਦੀ ਰੀਤ ਲੈਣ ਵਾਸਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਹਜ਼ੂਰ ਸਾਹਿਬ ਭੇਜਿਆ। ਰਸਤੇ ਵਿੱਚ ਮੱਧ ਪ੍ਰਦੇਸ਼ ਦੇ ਭਿਆਨਕ ਜੰਗਲ ਲੰਘਣ ਸਮੇਂ ਇੱਕ ਹੋਰ ਸਾਥੀ ਵੀ ਇਸ ਦੇ ਨਾਲ ਰਲ ਗਿਆ। ਰਾਤ ਸ਼ੇਰ ਦੇ ਡਰ ਕਾਰਨ ਭਾਈ ਰਾਏ ਸਿੰਘ ਨੇ ਸਾਥੀ ਨੂੰ ਕਿਹਾ ਕਿ ਆਪਾਂ ਨੂੰ ਚੌਂਕੀ ਵਿੱਚ ਜਾ ਕੇ ਰਹਿਣਾ ਚਾਹੀਦਾ ਹੈ। ਨਾਲ ਦੇ ਸਾਥੀ ਨੇ ਕਿਹਾ ਕਿ ਤੂੰ ਸਿੱਖ ਹੋ ਕੇ ਸ਼ੇਰ ਤੋਂ ਡਰਦਾ ਹੈ? ਹੁਣ ਉਹਨਾਂ ਦੋਹਾਂ ਨੇ ਜੰਗਲ ਵਿੱਚ ਹੀ ਡੇਰਾ ਕਰ ਲਿਆ। ਰਾਤ ਨੂੰ ਸ਼ੇਰ ਆ ਪਿਆ ਅਤੇ ਨਾਲ ਦੇ ਸਾਥੀ ਨੂੰ ਸ਼ੇਰ ਨੇ ਮਾਰ ਦਿੱਤਾ। ਭਾਈ ਰਾਏ ਸਿੰਘ ਨੇ ਇੱਕ ਮਨ ਚਿੱਤ ਹੋ ਕੇ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਚਾਓ। ਸਤਿਗੁਰੂ ਰਾਮ ਸਿੰਘ ਜੀ ਘੋੜੀ 'ਤੇ ਸਵਾਰ ਹੋ ਕੇ 800 ਕੋਸ ਤੋਂ ਪਵਨ ਰੂਪ ਹੋ ਕੇ ਅੱਖ ਦੇ ਫੋਰੇ ਵਿੱਚ ਉਸ ਥਾਂ ਪਹੁੰਚੇ ਜਿੱਥੇ ਭਾਈ ਰਾਏ ਸਿੰਘ ਨੇ ਯਾਦ ਕੀਤਾ ਸੀ। ਸਤਿਗੁਰਾਂ ਕਿਹਾ, ਤੂੰ ਕਿਉਂ ਡਰਦਾ ਹੈ? ਸਤਿਗੁਰ ਤੇਰੇ ਅੰਗ ਸੰਗ ਹਨ, ਤੁਸੀਂ ਜਾ ਕੇ ਚੌਂਕੀ ਵਿੱਚ ਆਰਾਮ ਕਰੋ। ਸ਼ੇਰ ਦਾ ਇਸ ਨਾਲ ਪਿਛਲਾ ਹਿਸਾਬ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਮਾਜਿਕ ਬੁਰਾਈਆਂ ਨੂੰ ਅਤੇ ਗੁਲਾਮ ਭਾਰਤ ਨੂੰ, ਜਿਸ ਵਿੱਚ ਸਿੱਖਾਂ ਨੂੰ ਧਰਮ ਤੋਂ ਪਤਿਤ ਕੀਤਾ ਜਾ ਰਿਹਾ ਸੀ, ਸ੍ਰੀ ਸਤਿਗੁਰੂ ਰਾਮ ਸਿੰਘ ਮਹਾਰਾਜ ਜੀ ਨੇ 1857 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਸਿੱਖੀ ਨੂੰ ਮੁੜ ਸੁਰਜੀਤ ਕੀਤਾ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਸੰਤ ਖਾਲਸਾ ਸਾਜਿਆ, ਜਿਸ ਵਿੱਚ ਸਿੱਖੀ ਰਹਿਤ, ਗਊ ਗਰੀਬ ਅਤੇ ਭਾਰਤ ਦੀ ਆਜ਼ਾਦੀ ਦਾ ਪਿਆਰ ਸਿੱਖਾਂ ਅਤੇ ਲੋਕਾਂ ਵਿੱਚ ਪੈਦਾ ਕੀਤਾ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਹਾਰਾਜ ਸੁਤੰਤਰਤਾ ਸੰਗਰਾਮ ਦੇ ਮੋਢੀ ਸਭਨ ਕੇ ਸਿਰ ਮੌਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲੇ 1857 ਈਸਵੀ ਦੀ ਵਿਸਾਖੀ ਨੂੰ ਸੰਤ ਖਾਲਸਾ ਸਾਜਨਾ ਕਰਕੇ ਗਫਲਤ ਦੀ ਖੂਬ ਸੁੱਤੀ ਨੀਂਦ ਚੋਂ ਲੁਕਾਈ ਨੂੰ ਜਗਾ ਕੇ ਅੰਗਰੇਜ਼ ਹਕੂਮਤ ਤੋਂ ਭਾਰਤ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ। ਕਲਯੁਗ ਮੇਂ ਸਤਯੁਗ ਵਰਤਾਊਂ, ਕਭੀ ਬਾਰ ਮਾਂ ਬਾਪ ਕਹਾਊਂ, ਗੁਰਿੰਡ ਨਾਵਾਂ ਪਾਤਸ਼ਾਹੀ ਦਸਵੇਂ। ਇੱਥੇ ਸੀ ਸਤਿਗੁਰੂ ਰਾਮ ਸਿੰਘ ਜੀ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਮਰਿਆਦਾ ਸ਼ੁਰੂ ਕਰ ਰਹੇ ਹਨ।
श्री सतगुरु राम सिंह जी ने सिख इतिहास विच पहली बार पिंड सियाह जिला लुधियाना सन 1863 ईस्वी विच संमत 1920 बिक्रमी जेठ की पूर्णमाशी वाले दिन बीबिया नूं अमृत की दात बख्शी सी। याद रहे इस तो पहला माइया बीबिया नूं खंडे बाटे दे अमृत का अधिकारी नहीं समझा जाता सी। दसम पातशाह जी ने 1699 ईस्वी की विसाखी समय बीबिया नूं अमृत नहीं छकाया सी। ये अधिकारी बीबिया नूं सिर्फ सतगुरु राम सिंह जी ने ही बख्शी है जी। इत्थे श्री सतगुरु राम सिंह जी आनंद मर्यादा की रीत शुरू करते हैं। श्री सतगुरु राम सिंह जी ने सिखां नूं फोके वहमां भरमां तों ब्राह्मणा दे कर्मकांड तों बचाउण लई सिख इतिहास विच पहली बार आनंद कारज की रस्म पिंड कोटे जिला फिरोजपुर विखे 3 जून 1863 ईस्वी जेठ सुदी 10 संमत 1920 बिक्रमी नूं श्री आदि ग्रंथ साहिब तों चार नामां दा पाठ पढ़ के हमन दुआले 6 अंतरजाती विआह कीते। इस नवी मर्यादा तों उस समय ब्राह्मण लोग बहुत दुखी होए। श्री सतगुरु प्रताप सिंह जी दा पवित्र उपदेश। सतगुरु ने जिस पहले दिन आनंद कीते 1919 बिक्रमी विच 4 जून 1863 ईस्वी नूं कोटियां विच 6 उधर जात पात तोड़ के कीते। लड़कियां दी लड़की जटां दे आ, जटां दी रोड़ियां दे आ, रोड़ियां दी नाइयां दे आ, नाइयां दी चिवरां दे आ, कोई नहीं फर्क रहिंदा। क्योंकि गुरु गोबिंद सिंह ने जिन्हां नूं अमृत छकाया खत्री जट छींबा नाई जीगुर पंजां नूं इकट्ठे करके अमृत छकाया उस चीज नूं सतगुरां ने पूर्ण करके दिखाया। श्री सतगुरु राम सिंह जी दे नूरानी दर्शन 1857 ईस्वी दी विसाखी ते संत खालसा दी साजना तों बाद सतगुरु राम सिंह जी ने लुकाई विच जागृत लियाउण लई थां थां वक वक इलाकियां विच धर्म प्रचार करन लई दौरे करने शुरू कीते। उन्हां दे दर्शन करन निहंग सिंह, उदासी सिंह अते होर भी अनेकां मतां दे प्राणी आउंदे। सच्चे पातशाह जी जिस दे भी कन्न विच भजन दस दिंदे उह दीवान विच ही सुध बसुध गुआ के लोट पोट हो जांदा। महात्मा हुकम कौर जी नूं नामधारी इतिहास विच माई हुकमी अते माई महात्मा जी दे नाम नाल याद कीता जांदा है। उन्हां दा जन्म पिंड वरा जिला अमृतसर दा सी। सतगुरु राम सिंह जी ने उन्हां नूं सूबा थापिया। वह मरदानी बस्तरां विच ही रह के सारी उम्र सतगुरु राम सिंह जी दे मिशन दा प्रचार करदे रहे। माई महात्मा जी नूं अंग्रेज सरकार ने कुछ समा फिरोजपुर जेल विच भी रखिया सी, परंतु वह निडर हो के सतगुरां दे मिशन दा प्रचार करदे रहे। माना वाले होला सतगुरु राम सिंह जी दे समय 6 होले नामधारी जगत ने मनाए। चौथा होला माना वाले संमत 1925 बिक्रमी 1969 ईस्वी नूं सतगुरां ने मनाया। आप जी हाथी दे सवार सन अते होर सूबे घोड़ियां ते सवार हो के संगत समेत होला महल्ले दी शान बधा रहे सन। अचानक बाबा ज्ञानी सिंह जी दी घोड़े दी फेट नाल एक कुम्हारी दा बच्चा बेहोश हो गया। देखण वालियां नूं परपक नीचा हो गया सी कि बच्चा मर गया है। कुम्हारी बीबी दे कीरनियां ने सारी संगत विच हलचल मचा दित्ती। बच्चे दे मरण दी खबर सतगुरां तक भी पहुंची। घट घट दे जानण हार श्री सतगुरु जी आप उस जगह आए जिथे वह बच्चा बेसुर होया पिया सी। सतगुरां ने अपना चरण बच्चे दी छाती ते लगाया ते बच्चा एकदम अखां खोल के बैठ गया। सब पासे खुशियां होण लगियां। सतगुरां दी महिमा दे गुण संगत गाउण लगी। हर प्राणी दे मूहों इहो ही सुनीदा सी, धन सतगुरु राम सिंह जी, धन सतगुरु राम सिंह जी, धन सतगुरु राम सिंह जी। इस फोटो दे तुसी दर्शन कर रहे हो जगत दे तारनहार श्री सतगुरु राम सिंह जी अते सूबा लखा सिंह जी अते सूबा साहिब सिंह जी घोड़ियां ते हन, अते पैदल संत हीरा सिंह जी अते संत लहणा सिंह जी आदि शहीदां दा जथा जा रहा है।
ਗੁਰਦੁਆਰਿਆਂ ਦੀ ਪਵਿੱਤਰਤਾ ਭੰਗ ਕਰਨ ਵਾਸਤੇ ਅੰਗਰੇਜ਼ਾਂ ਨੇ ਗੁਰਦੁਆਰਿਆਂ ਦੇ ਲਾਗੇ ਹੀ ਬੁੱਚੜਖਾਨੇ ਖੋਲੇ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਘੰਟਾ ਘਰ ਦੇ ਕੋਲ, ਇਸੇ ਤਰ੍ਹਾਂ ਹੀ ਰਾਏਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਲਾਗੇ ਬੁੱਚੜਖਾਨਾ ਖੋਲਿਆ ਅਤੇ ਇੱਕ ਹੋਰ ਮਲੇਰਕੋਟਲੇ ਵੀ ਬੁੱਚੜਖਾਨਾ ਖੋਲਿਆ। ਨਾਮਧਾਰੀ ਸਿੰਘ ਇਹਨਾਂ ਪਵਿੱਤਰ ਅਸਥਾਨਾਂ ਦੀ ਵਿਆਪਦੀ ਸਹਾਰ ਨਾ ਸਕੇ। ਪਹਿਲੇ ਅੰਮ੍ਰਿਤਸਰ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਬੁੱਚੜਖਾਨਾ ਸੀ, ਉੱਥੇ ਦੇ ਬੁੱਚੜ ਮਾਰੇ ਤੇ ਗਊਆਂ ਦੇ ਰੱਸੇ ਖੋਲ੍ਹ ਕੇ ਗਊਆਂ ਨੂੰ ਛਡਾਇਆ। ਆਪ ਅਨੇਰੇ ਵਿੱਚ ਹੀ ਅਲੋਪ ਹੋ ਗਏ। ਅੰਗਰੇਜ਼ ਸਰਕਾਰ ਨੇ ਬੇਦੋਸ਼ੀਆਂ ਨੂੰ ਹੀ ਫੜ ਕੇ ਭੈੜੀਆਂ ਭੈੜੀਆਂ ਸਜਾਵਾਂ ਦੇਣੀਆਂ ਸ਼ੁਰੂ ਕੀਤੀਆਂ। ਇਹਨਾਂ ਵਿੱਚ ਅਕਾਲ ਬੁੰਗੇ ਦੇ ਪੁਜਾਰੀ ਅਤੇ ਨਿਹੰਗ ਸਿੰਘ ਵੀ ਸਨ। ਇਹਨਾਂ ਸਭਨਾਂ ਨੇ ਭੈੜੀਆਂ ਸਜਾਵਾਂ ਨਾ ਸਹਾਰਦੇ ਹੋਏ ਆਪਣਾ ਜੁਰਮ ਮੰਨ ਲਿਆ। ਜਿਹਨਾਂ ਨਾਮਧਾਰੀ ਸਿੰਘਾਂ ਨੇ ਇਹ ਕੰਮ ਕੀਤਾ ਸੀ, ਉਹ ਸ੍ਰੀ ਭੈਣੀ ਸਾਹਿਬ ਪਹੁੰਚੇ ਤੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਕਿਹਾ ਕਿ ਅਸੀਂ ਜਦੋਂ ਦੇਖਿਆ ਕਿ ਕਾਂ ਇੱਲਾਂ ਮਾਸ ਦੀਆਂ ਬੋਟੀਆਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਚਲੇ ਜਾਂਦੇ, ਪ੍ਰਕਰਮਾ ਵਿੱਚ ਅਤੇ ਸਰੋਵਰ ਵਿੱਚ ਵੀ ਡਿੱਗਦੀਆਂ, ਹਰਿਮੰਦਰ ਸਾਹਿਬ ਦੇ ਉੱਪਰ ਵੀ ਜਾਨਵਰ ਲੈ ਜਾਂਦੇ, ਧਰਮ ਸਥਾਨ ਦੀ ਇਹ ਵਿਆਪਦੀ ਅਸੀਂ ਸਹਾਰ ਨਾ ਸਕੇ ਤੇ ਬੁੱਚੜ ਮਾਰੇ ਤੇ ਗਊਆਂ ਛਡਾਈਆਂ ਹਨ। ਅਸੀਂ ਹਨੇਰੇ ਵਿੱਚ ਹੀ ਗੁੰਮ ਹੋ ਗਏ ਸੀ। ਸਤਿਗੁਰ ਰਾਮ ਸਿੰਘ ਜੀ ਨੇ ਕਿਹਾ ਕਿ ਮਿਹਨਤ ਕੋਈ ਕਰੇ ਤੇ ਫਲ ਕੋਈ ਖਾਵੇ, ਇਹ ਗੱਲ ਠੀਕ ਨਹੀਂ ਹੈ, ਤੁਸੀਂ ਜਾ ਕੇ ਬਦੋਸ਼ੀਆਂ ਨੂੰ ਛਡਾਵੋ। ਨਾਮਧਾਰੀ ਕੁੱਕੇ ਸਿੰਘਾਂ ਨੇ ਆਪ ਆ ਕੇ ਅਦਾਲਤ ਵਿੱਚ ਕਿਹਾ, ਜਿਹਨਾਂ ਨੂੰ ਤੁਸੀਂ ਬਹੁਤ ਦੁੱਖ ਦੇ ਕੇ ਮਨਾਇਆ ਹੈ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਇਹ ਸਭ ਬਦੋਸ਼ੀ ਹਨ, ਇਹਨਾਂ ਨੂੰ ਛੱਡੋ, ਬੁੱਚੜਾਂ ਨੂੰ ਅਸੀਂ ਮਾਰਿਆ ਹੈ। ਜੱਜ ਨਹੀਂ ਸੀ ਮੰਨਦਾ ਕਿ ਇਹ ਸਾਧੂ ਆਦਮੀ ਹਨ, ਇਹ ਸਿਰਫ ਇਹਨਾਂ ਨੂੰ ਛਡਾਉਣਾ ਹੀ ਚਾਹੁੰਦੇ ਹਨ। ਕੁੱਕੇ ਸਿੰਘਾਂ ਨੇ ਬੁੱਚੜਾਂ ਨੂੰ ਮਾਰਨ ਦਾ ਪੂਰਾ ਸਬੂਤ ਦਿੱਤਾ, ਆਪਣੀਆਂ ਤਲਵਾਰਾਂ ਅਤੇ ਕੱਪੜੇ ਦੱਬੇ ਹੋਏ ਦਿਖਾਲੇ ਅਤੇ ਸਾਰੇ ਬਦੋਸ਼ੀਆਂ ਨੂੰ ਛਡਾਇਆ। ਜੱਜ ਨੇ ਕਿਹਾ, ਤੁਹਾਡੀ ਕੋਈ ਮੰਗ ਹੈ? ਕੁੱਕੇ ਸਿੰਘਾਂ ਨੇ ਕਿਹਾ, ਫਾਂਸੀ ਲਈ ਸਾਨੂੰ ਰੇਸ਼ਮ ਦਾ ਰੱਸਾ ਚਾਹੀਦਾ ਹੈ, ਤੰਦੀ ਦਾ ਨਹੀਂ, ਦੂਸਰੇ ਸਾਨੂੰ ਕੋਈ ਹੱਥ ਨਾ ਲਾਵੇ, ਅਸੀਂ ਆਪ ਫਾਂਸੀ ਲਵਾਂਗੇ। ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚੋਂ ਸੰਤ ਲਹਿਣਾ ਸਿੰਘ, ਸੰਤ ਫਤਿਹ ਸਿੰਘ, ਸੰਤ ਹਾਕਮ ਸਿੰਘ, ਸੰਤ ਬੇਲਾ ਸਿੰਘ, ਇਹਨਾਂ ਚੌਹਾਂ ਸਿੰਘਾਂ ਨੇ ਇਸ਼ਨਾਨ ਕਰਕੇ ਢੋਲਕੀ ਛੈਣਿਆਂ ਨਾਲ ਸ਼ਬਦ ਪੜ੍ਹਦੇ ਹੋਏ ਜਾਂਦੇ ਹਨ, ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਨ ਸਾੜੀ ਜੀਓ। ਇਹ ਸ਼ਬਦ ਪੜ੍ਹਦੇ ਹੋਏ ਫਾਂਸੀ ਵਾਲੀ ਜਗ੍ਹਾ ਪਹੁੰਚੇ ਅਤੇ ਫਾਂਸੀ ਦੇ ਰੱਸੇ ਆਪ ਹੀ ਗਲਾਂ ਵਿੱਚ ਪਾ ਕੇ 15 ਸਤੰਬਰ 1871 ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਰਾਏਕੋਟ ਵਿੱਚ 3 ਕੁੱਕੇ ਸਿੰਘਾਂ ਨੂੰ ਸੰਤ ਮੰਗਲ ਸਿੰਘ, ਸੰਤ ਗੁਰਮੁਖ ਸਿੰਘ, ਸੰਤ ਮਸਾਨ ਸਿੰਘ ਜੀ ਨੂੰ ਸ਼ਰੇਆਮ ਇੱਕ ਦਰਖਤ ਨਾਲ 5 ਅਗਸਤ 1871 ਨੂੰ ਫਾਂਸੀ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬੁੱਚੜਾਂ ਦੇ ਹੱਥੋਂ ਗਊਆਂ ਛਡਾਉਣ ਦੇ ਜ਼ੁਰਮ ਵਿੱਚ ਹੀ ਸੰਤ ਰਤਨ ਸਿੰਘ ਅਤੇ ਗਿਆਨੀ ਰਤਨ ਸਿੰਘ ਜੀ ਨੂੰ ਲੁਧਿਆਣੇ ਸੈਂਟਰ ਜੇਲ੍ਹ ਦੇ ਬਾਹਰ ਸ਼ਰੇਆਮ 26 ਨਵੰਬਰ 1871 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਪਹਿਲੀ ਵਾਰ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣ ਲਈ ਇੱਕ ਨਵਾਂ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ਦਾ ਨਾਮ ਸੀ ਅੰਗਰੇਜ਼ ਹਕੂਮਤ ਦੀ ਹਰ ਚੀਜ਼ ਦਾ ਬਾਈਕਾਟ ਕਰਨਾ। ਨਾਮਧਾਰੀਆਂ ਨੇ ਅੰਗਰੇਜ਼ ਦੀ ਹਰ ਵਸਤੂ ਦਾ ਬਾਈਕਾਟ ਕੀਤਾ। ਅੰਗਰੇਜ਼ ਦੀ ਬਣੀ ਹੋਈ ਗੱਡੀ 'ਤੇ ਕੋਈ ਨਾ ਚੜ੍ਹੇ, ਅੰਗਰੇਜ਼ ਦੀ ਬਣੀ ਹੋਈ ਖੰਡ ਕੋਈ ਨਾ ਖਾਵੇ, ਅੰਗਰੇਜ਼ ਦੀ ਬਣੀ ਹੋਈ ਸੜਕ 'ਤੇ ਕੋਈ ਨਾ ਚੜ੍ਹੇ, ਅੰਗਰੇਜ਼ ਦਾ ਬਣਿਆ ਹੋਇਆ ਕੱਪੜਾ ਕੋਈ ਨਾ ਪਹਿਨੇ, ਅੰਗਰੇਜ਼ ਦੀ ਬਣੀ ਹੋਈ ਅਦਾਲਤ ਵਿੱਚ ਕੋਈ ਨਾ ਜਾਵੇ। ਸਤਿਗੁਰੂ ਜੀ ਨੇ ਡਾਕ ਵਿਭਾਗ ਵੀ ਆਪਣਾ ਚਾਲੂ ਕੀਤਾ ਸੀ, ਜਿਸ ਤੋਂ ਅੰਗਰੇਜ਼ ਹਕੂਮਤ ਬਹੁਤ ਘਬਰਾ ਗਈ ਸੀ। ਇਉਂ ਆਜ਼ਾਦੀ ਦੀ ਪ੍ਰਾਪਤੀ ਦੀ ਪਹਿਲੀ ਜੱਦੋ ਜਹਿਦ ਦੀ ਲਹਿਰ ਸ੍ਰੀ ਭੈਣੀ ਸਾਹਿਬ ਤੋਂ ਚੱਲੀ। ਸੂਬਾ ਸਾਹਿਬ ਸਿੰਘ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਮੁੱਖ ਸੂਬਿਆਂ ਵਿੱਚੋਂ ਸਨ। ਸਰਕਾਰੀ ਕਾਗਜ਼ਾਂ ਵਿੱਚ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਜਾਨਸ਼ੀਨ ਕਲਪਿਆ ਗਿਆ ਹੈ ਅਤੇ ਉਹਨਾਂ ਨੂੰ ਬਹੁਤ ਚਲਾਕ ਅਤੇ ਹੁਸ਼ਿਆਰ ਦੱਸਿਆ ਹੈ। ਉਹਨਾਂ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੰਡ ਬਰਮਾਲੀਪੁਰ ਮਿਸਤਰੀ ਨਿਹਾਲ ਸਿੰਘ ਦੇ ਘਰ ਹੋਇਆ ਸੀ। ਸਤਿਗੁਰਾਂ ਦੁਆਰਾ ਚਾਲੂ ਕੀਤੇ ਪੋਸਟਲ ਸਿਸਟਮ ਡਾਕ ਵਿਭਾਗ ਦੇ ਉਹ ਇੰਚਾਰਜ ਸਨ। ਸੰਤ ਹੀਰਾ ਸਿੰਘ ਜੀ ਇੱਕ ਦਿਨ ਸਮਾਧੀ ਲਾ ਕੇ ਸ੍ਰੀ ਸਤਿਗੁਰੂ
जी दे चरना विच ध्यान लाई बैठे सी, जिस तरह पहले लाउंदे ही सी। उस दिन एक बहुत ही भयानक दृश्य देखिया। वह श्री सतगुरु राम सिंह जी दे पास आए, मथा टेकदे हुए वैरागी हो गए। सच्चे पातशाह जी, जो मैं आप जी दे सिखां दा हाल देखिया है, वह मेरे पासों दस नहीं हुंदा। अंतरजामी सब कुछ जाने। श्री सतगुरु राम सिंह जी कहिंदे, सिंह हो के अमृत पान करके इस तरह रोना सूरमियां दा काम नहीं है। सिखां दा काम तां हर आने वाली विपता दा वीरता नाल टाकरा करना है। दस की देखिया है। सच्चे पातशाह जी, अपने पंथ नूं किसे तरह भी बचावो। हीरा सिंघा, पंथ दा फिकर ना कर, इस दियां जड़ां तां गुरु जी ने पताल विच्चों लाईयां हन। इस नूं कोई भी शक्ति हिला नहीं सकती। जो तां देखिया है, वह अच्छी तरह नाल खुल के दस। सच्चे पातशाह जी, कई तेरे लाडले सिख फांसी ते चढ़ रहे हैं, कई तोपां अगे रूह वांगू पिंजे हुए उड़ रहे हैं, कईयां नूं पिंजरे विच पा के समुद्र विच डोबिया जाता है, नामधारियां दियां जमीनां नाम कीतियां जांदियां देखियां हैं, कई सिंघां नूं काले पानी भेज दिता जाता है। सच्चे पातशाह जी, सूबा साहिब सिंह जी नूं हथ कड़ी लगी हुई देखी है, चार गोरे नंगी तलवार वाले अगे हन अते चार पिछे हन। इस तरह होर सूबियां दा भी इसे तरह ही हाल करदे हन, जेलां विच बंद कर दिंदे हन, बड़ियां तकलीफां दिंदे हन। गरीब नवाज जी, फिर गोरे आप जी नूं भी लै जांदे हन। संगत दर्शना लई व्याकुल होई फिरदी है। बहुत वरलाप करदी है, सारी संगत दे वरलाप सुने नहीं जांदे। आप जी दे भजन करन वाले अंदर मलेश हुक्का पींदे हन। नामधारी सिंघां दी निगरानी रखण लई पुलिस बैठी है, अते पैणी साहिब दे दरवाजे विच पुलिस चौंकी बैठी है। किसी भी सिख नूं पंजां तों ज्यादा दर्शन कर नहीं जान देंदे। हीरे सिंघा, इन्हां गल्लां दा फिकर ना करो। जिन्ना चिर इह कार नहीं वरदी, उन्ना चिर धर्म नहीं तुरना अते पापियां दा नाश नहीं होना। उन्ना चिर भारत गुलामी दे बंधनां तों आजाद नहीं हो सकदा। हीरा सिंघा, करतार दे रंग देखदे रहो, जो भी होवेगा वह ठीक ही होवेगा। बाकी रही गल मेरे शरीर दी, जिन्नी देर धर्म नहीं वरदा, उतनी देर मेरे शरीर दा कोई बाल नहीं पिंगा कर सकदा। मैं ऐसे ही शरीर विच वापस आवांगा। सच्चे पातशाह जी ने सूबे साहिब सिंह नूं आखिया, तुसी निर्वाण सिंह नूं आखो, संगत नूं हुणे ही चिट्ठियां लिख देवे कि ऐतकां माघी दा मेला श्री पैणी साहिब ही होवेगा। सब संगतां माई भाई बुढ़े अते बच्चे मेले ते साध संगत दे दर्शन करन जरूर आवे। सत बचन सच्चे पातशाह जी। फरवाही पिंड दा नंबरदार संत गुरमुख सिंह मलेरकोटले मामला तारन जा रहा सी। रस्ते विच एक मुसलमान गुरूंजड़ा एक बल्द उपर सब्जियां दा चोखा पार लदी जा रहा सी, अते आप भी उपर ही बैठा होया सी। बल्द दा पार नाल बुरा हाल हो रहा सी। संत गुरमुख सिंह जी ने तरस करदे हुए ने उस मुसलमान नूं कहा कि तू बल्द उपरों उतर जा ताकि बल्द नूं कुछ आराम आ जावे। परंतु वह करूंजड़ा संतां नाल झगड़ पिया अते अखीर सारा मामला मलेरकोटले कोतवाली पहुंचिया। तो उत्थे संत गुरमुख सिंह जी नूं न्याय तां की मिलना सी, उस नूं उल्टा बेइज्जत किया गया अते संतां दे सामने ही बल्द हलाल कर दिता गया। श्री पैणी साहिब माघी दे मेले दा भोग पैण तो बाद संगतां घरां नूं चाले पाउण लगियां। संत भगवान सिंह जी सच्चे पातशाह जी दे चौकदार ने संगत नूं उच्ची आवाज दे के कहा
कि सच्चे पातशाह जी दे चरणा विच किसे ने भी दुख सुख दी अर्ज करनी होवे तो आ जावे। भाई शोभा सिंह जी रब्बो नगर दे सिंह ने अर्ज की, सच्चे पातशाह जी मलेरकोटले विच जिथे 100-200 रामगऊआं दीआं डारां फिरदीआं सन, अज उथे 1-2 राम गऊआं भी फिरदीआं नजर नहीं आउंदीआं। सब राम गऊआं मार के खा गए हन। हिंदू सिखां दी सुणदा कोई नहीं है। बहुत पाप वध रहा है। कोटले दे पठाणा दे हौसले बड़े वध गए हन। हिंदू अते सिख बेजवान हन, डरदे कुसकदे नहीं हन। गरीब नवाज जी कोई उपाय दसो जिस नाल गऊ घात दा दुख मिटे। सिंघो पाप राज दा बेड़ा भर चुका है, हुण डुबण वाला ही है। तुसी तीरे तरो अते शांति रखो, भजन करो। मेरी अजे मर्जी अजिहा करन दी नहीं है। ये भजन करके सच्चे पातशाह जी उठ खड़े होए। सच्चे पातशाह जी ने लखा सिंह नूं पुछया मस्तानिया दा की हाल है। लखा सिंह ने कहा बड़ा रौला पाउंदे हन जी। भाई गुरमुख सिंह ने मलेरकोटले दी सारी वार्ता बैल मारन तक सुनाई। मस्ताने सिंह सुन के सहार नहीं सके, ओ तां मरन मारन ते तुले होए हन। सच्चे पातशाह जी मस्ताने सिंह पास पहुंचे। श्री सतगुरु राम सिंह जी ने प्रेरणा की थी, सब आपो अपने करी चले जाओ। पर सरदार हीरा सिंह जी ने हथ बंद के अर्ज की थी, सच्चे पातशाह जी सानू श्री गुरु तेग बहादुर जी दे दर्शन दे के आग्या दिती है कि मलेरकोटले जाके गऊआं वास्ते अपने शरीर बलिदान करो। सच्चे पातशाह जी ने कहा कि श्री गुरु तेग बहादुर जी दे हुक्म नूं मैं भी नहीं मोड़ सकदा। सच्चे पातशाह जी ने लंगर तैयार करवाया ते अपने लाडले मस्तानिया नूं आप प्रसाद छकाया। सरदार हीरा सिंह ने धर्म युद्ध लई अरदासा कीता ते मलेरकोटले बुचड़खाने ते हमला करन दी तैयारी कीती। 13 जनवरी 1872 नूं दिन दे 2 बजे 125 मस्तानिया ने मलेरकोटले नूं चाले पाए। रात दे 10 बजे रब्बो पहुंचे। पिंडों बाहर एक खूह ते डेरा लाया ते मस्ताने रब्बो पिंड तो मलौर पहुंचे। उथे सरदार बदन सिंह पासों घोड़े ते शस्त्र मंगे, उसने ना कर दिती। मस्ताने सिंघां ने हीरा सिंह दे हुक्म देण ते जबरदस्ती घोड़े ते शस्त्र खोह लए। पिंड विच रौला पै गया। 14 जनवरी नूं अंग्रेज सरकार नूं भी पता लग गया सी। मलौर तो मलेरकोटला 9 मील सी। 15 जनवरी सवेरे 7 बजे ही मलेरकोटले दे बुचड़ां ते अते महला चिड़ी मारा ते सिंघा हमला कर दिता। 8 बुचड़ मारे, 13 जख्मी होए, होर सब भज गए। 7 सिंह शहीद हो गए। 2 फट्टड़ होए। सिंघा नूं नाल लै के मलेरकोटले तो बाहर चले गए। 3-4 मील ते समुंद खां पठान घोड़े ते चढ़ के सिंघा दे पिछे आया ते संत हीरा सिंह नूं अपने नाल युद्ध करन नूं कहा। संत हीरा सिंह ने कहा कि पहले तू वार कर लै। हीरा सिंह पास ढाल नहीं सी, उसने अपने खब्बे हाथ नाल वार रोकिया, हाथ कटिया गया। फिर संत हीरा सिंह ने तलवार नाल समुंद खान का सिर कलम करके दोजखां विच पचा दिता। सारे सिंह हीरा सिंह के हुक्म अनुसार रड़ पिंड रियासत पटियाला विच पहुंचे। पहले संत हीरा सिंह ने कड़ाही विच तेल पा के अपना टुंड तलिया, जिस नाल खून बंद हो गया। शेरपुर के थानेदार उत्तम सिंह इन्हां सिंघां कोल आया। इन्हां सब ने अपने आप गिरफ्तारी दिती। नियाज अली ने इन्हां 6 सिंघां ते 2 माइयां नूं शेरपुर के किले विच बंद कर दिता। इन्हां विच 29 फट्टर सन। रक्कड़ विच 7 तोपां बीजियां होईयां सन। कावन ने किसी तरह का मुकदमा चलाउण तों बिना ही इन्हां 66 कूकरियां नूं तोपां नाल अड़ा देण का फैसला किया। माई इंद कौर नूं ते खेम कौर नूं पटियाला पुलिस के हवाले कर दिता। मस्ताने शीत सिंह अपने रंग विच उच्ची उच्ची तुरे जांदे पढ़दे हन। ये मलेश नंदनों आए, इन्हां बुचड़खाने लाए, सानू गऊआं दा दुख खाए, सिंघो सीस देण हुण आए नाम अकाल दे। 17 अते 18 जनवरी 1872 ईस्वी नूं मलेरकोटले दे रक्कड़ विच तोपां तैयार सन।
ਇਹ ਤੋਪਾਂ ਲਾਭਾ ਪਟਿਆਲਾ ਜੀਂਦ ਅਤੇ ਮਲੇਰਕੋਟਲੇ ਦੀਆਂ ਫੌਜਾਂ ਵੀ ਸਨ। ਸਿਪਾਹੀ ਵੀ ਸਿੰਘ ਹੀ ਸਨ। ਕੋਲ ਲੁਧਿਆਣੇ ਵਾਲੇ ਜ਼ਿਲ੍ਹੇ ਦਾ ਗੋਰਾ ਖੜਾ ਸੀ। ਪਹਿਲੇ ਦਰਸ਼ਕਾਂ ਲਈ ਹਾ 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 ਕਾਰ ਮਚੀ ਹੋਈ ਸੀ। ਗੋਰੇ ਨੇ ਸਿੰਘਾਂ ਨੂੰ ਕਿਹਾ, ਤੁਸੀਂ ਤਿਆਰ ਹੋ ਜਾਓ। ਸਿੰਘ ਤਾਂ ਪਹਿਲੇ ਹੀ ਤਿਆਰ ਸਨ, ਉੱਠ ਕੇ ਖੜ੍ਹੇ ਹੋ ਗਏ। ਉਸ ਵੇਲੇ ਕੋਈ ਉੱਚੀ ਸਾਹ ਨਹੀਂ ਸੀ ਲੈਂਦਾ। ਜਥੇਦਾਰ ਸੰਤ ਹੀਰਾ ਸਿੰਘ ਜੀ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਬੜੇ ਹੀ ਪਿਆਰ ਨਾਲ ਅਰਦਾਸ ਕੀਤੀ, ਜਿਸ ਨੂੰ ਸੁਣ ਕੇ ਪੱਥਰ ਦਿਲ ਵੀ ਤਾਂ ਹੀ ਮਾਰ ਉੱਠੇ। ਉਸ ਦਾ ਕੁਝ ਕੁਝ ਭਾਵ ਇਹ ਸੀ, ਦੀਨ ਦਿਆਲ ਜੀ ਅਸੀਂ ਨਾਚੀਜ਼ ਬੰਦੇ ਗਊ ਗਰੀਬ ਅਤੇ ਦੇਸ਼ ਧਰਮ ਤੋਂ ਸ਼ਹੀਦ ਹੋਣ ਲੱਗੇ ਹਾਂ। ਸਾਡੇ ਦਿਲ ਵਿੱਚ ਆਪਣੀ ਮਾਤਰੀ ਭੂਮੀ ਦੀ ਆਜ਼ਾਦੀ ਦੀ ਲਗਨ ਸੀ, ਭਾਰਤ ਦੀ ਸੁਤੰਤਰਤਾ ਦੀ ਉਮੰਗ ਸੀ। ਅਸੀਂ ਜਨਨੀ ਜਨਮ ਭੂਮੀ ਨੂੰ ਗੁਲਾਮੀ ਦੇ ਬੰਧਨਾਂ ਵਿੱਚ ਬੱਧੀ ਹੋਈ ਨਹੀਂ ਸਾਂ ਵੇਖ ਸਕਦੇ। ਅਸੀਂ ਗਊ ਗਰੀਬ ਦੇ ਦੁੱਖ ਨੂੰ ਨਹੀਂ ਝੱਲ ਸਕਦੇ ਸੀ। ਇਸੇ ਅਪਰਾਧ ਖਾਤਰ ਅੱਜ ਅਸੀਂ ਕੋਪਾਂ ਨਾਲ ਉੱਡਣ ਲੱਗੇ ਹਾਂ। ਹੇ ਦੀਨਾਨਾਥ, ਸਾਡੇ ਅੰਗ ਸੰਗ ਰਹਿਣਾ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ, ਜਿਸ ਆਜ਼ਾਦੀ ਦੀ ਵੇਲ ਨੂੰ ਅਸੀਂ ਆਪਣੀ ਸ਼ਾਹ ਰਗ ਦੇ ਖੂਨ ਨਾਲ ਪਾ ਕੇ ਬੀਜਣ ਲੱਗੇ ਹਾਂ, ਇਸ ਨੂੰ ਮਰਜਾਉਣ ਨਾ ਦੇਣਾ। ਸਮੇਂ ਸਮੇਂ ਸਿਰ ਭਾਰਤ ਦੇ ਸਪੁੱਤਰਾਂ ਨੂੰ ਪ੍ਰੇਰ ਕੇ ਇਸ ਦੀ ਪਾਲਣਾ ਕਰਵਾਉਂਦੇ ਰਹਿਣਾ। ਜਦੋਂ ਵੀ ਤੁਸੀਂ ਆਵੇ, ਅਸੀਂ ਤੇਰੇ ਨਾਲ ਆਈਏ। ਸਾਡੇ ਆਜ਼ਾਦ ਭਾਰਤ ਉੱਤੇ ਕਦਮ ਟਿਕਣ, ਗਊ ਗਰੀਬ ਦੇ ਦੁੱਖ ਦੂਰ ਹੋਏ ਹੋਏ ਹੋਣ, ਰਾਮ ਰਾਜ ਦੀ ਸਥਾਪਨਾ ਹੋਈ ਹੋਈ ਹੋਵੇ। ਬਸ ਇਹੋ ਹੀ ਸਾਡੀ ਮੰਗ ਹੈ, ਇਹੋ ਹੀ ਸਾਡੀ ਅਰਦਾਸ ਹੈ। ਸੰਤ ਹੀਰਾ ਸਿੰਘ ਗੋਰੇ ਨੂੰ ਆਖਣ ਲੱਗੇ ਕਿ ਖਬਰਦਾਰ, ਜੇ ਸਾਨੂੰ ਕਿਸੇ ਨੇ ਹੱਥ ਲਾਇਆ, ਅਸੀਂ ਆਪਣੇ ਆਪ ਹੀ ਤੋਪਾਂ ਅੱਗੇ ਆ ਕੇ ਖੜ੍ਹੇ ਹੋਵਾਂਗੇ। ਇਸ ਗੱਲ ਨੂੰ ਗੋਰੇ ਨੇ ਪ੍ਰਵਾਨ ਕਰ ਲਿਆ। ਸਭ ਤੋਂ ਪਹਿਲੇ ਜਥੇਦਾਰ ਹੀਰਾ ਸਿੰਘ ਜੀ ਅੱਗੇ ਵਧੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਪੜਦੇ ਹੋਏ ਤੋਪ ਅੱਗੇ ਖੜੇ ਹੋਏ, ਤੋਪ ਤਿੰਨ ਵਾਰੀ ਪਲੀਤਾ ਝੱਟ ਗਈ, ਨਾ ਹੀ ਚੱਲ ਸਕੀ। ਜਥੇਦਾਰ ਹੀਰਾ ਸਿੰਘ ਨੇ ਕਿਹਾ, ਬਿੱਲਿਆ ਤੇਰਾ ਕਾਨੂੰਨ ਝੂਠਾ ਕਰਨਾ ਸੀ, ਹੁਣ ਚਲਾ ਤੋਪ, ਮੇਰੇ ਸਤਿਗੁਰੂ ਦਾ ਹੁਕਮ ਹੈ, ਤੁਸੀਂ ਵੀ ਝੂਠੇ, ਤੁਹਾਡਾ ਕਾਨੂੰਨ ਵੀ ਝੂਠਾ। ਚੌਥੀ ਵਾਰ ਤੋਪ ਚੱਲੀ, ਸੰਤ ਹੀਰਾ ਸਿੰਘ ਸ਼ਹੀਦ ਹੋ ਗਏ। ਇਸੇ ਤਰ੍ਹਾਂ ਹੀ ਵਾਰੀ ਵਾਰੀ ਸਿੰਘ ਖੁਸ਼ੀ ਖੁਸ਼ੀ ਤੋਪਾਂ ਅੱਗੇ ਦੌੜ ਦੌੜ ਕੇ ਆਉਂਦੇ ਰਹੇ ਅਤੇ ਸ਼ਹੀਦੀਆਂ ਪਾਉਂਦੇ ਰਹੇ। ਸਤਾਰਾਂ ਅਤੇ 18 ਜਨਵਰੀ 1872 ਈਸਵੀ ਨੂੰ ਬਿਨਾਂ ਮੁਕੱਦਮਾ ਚਲਾਏ ਅੰਗਰੇਜ਼ ਹਕੂਮਤ ਨੇ 66 ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ। ਉਹਨਾਂ ਸ਼ਹੀਦ ਸਿੰਘਾਂ ਵਿੱਚੋਂ ਇੱਕ ਸਿੰਘ ਦਾ ਨਾਮ ਵਰਿਆਮ ਸਿੰਘ ਸੀ, ਜੋ ਕਿ ਪਟਿਆਲੇ ਦੇ ਮਹਾਰਾਜਾ ਦਾ ਰਿਸ਼ਤੇਦਾਰ ਸੀ। ਉਹ ਵਰਿਆਮ ਸਿੰਘ ਨੂੰ ਛੁਡਾਉਣਾ ਚਾਹੁੰਦਾ ਸੀ। ਜਦੋਂ ਵਰਿਆਮ ਸਿੰਘ ਦੀ ਸ਼ਹੀਦ ਹੋਣ ਦੀ ਵਾਰੀ ਆਈ ਤਾਂ ਤੋਪਜੀ ਨੇ ਕਿਹਾ ਕਿ ਤੇਰਾ ਕੱਦ ਮਧਰਾ ਹੈ, ਤੋਪ ਦੇ ਬਰਾਬਰ ਨਹੀਂ ਆ ਰਿਹਾ, ਤੂੰ ਪਰੇ ਹੋ ਜਾ। ਵਰਿਆਮ ਸਿੰਘ ਨੇ ਲਾਗਿਓ ਖੇਤ ਵਿੱਚੋਂ ਟੀਮਾਂ ਇਕੱਠੀਆਂ ਕਰਕੇ ਉਸ ਉੱਪਰ ਖੜ੍ਹੇ ਹੋ ਕੇ ਕਹਿਣ ਲੱਗਾ, ਦੇਖ ਬਿੱਲਿਆ, ਮੇਰਾ ਕੱਦ ਤੇਰੀ ਤੋਪ ਦੇ ਬਰਾਬਰ ਹੋ ਗਿਆ ਨਾ, ਹੁਣ ਚਲਾ ਗੋਲਾ। ਬਿੱਲਿਆ ਦੇਖ, ਜਲਦੀ ਕਰ, ਮੇਰਾ ਸਾਹ ਜਾਂਦਾ ਹੈ, ਜਲਦੀ ਕਰ। ਤੋਪ ਚੱਲੀ, ਵਰਿਆਮ ਸਿੰਘ ਸ਼ਹੀਦ ਹੋ ਗਿਆ। ਇਸੇ ਤਰ੍ਹਾਂ ਹੋਰ ਵੀ ਸਿੰਘ ਤੋਪਾਂ ਨਾਲ ਸ਼ਹੀਦ ਕੀਤੇ ਗਏ। ਉਹਨਾਂ ਨੂੰ ਅੱਗੇ ਦਿਸਦਾ ਸੀ ਕਿ ਜੋ ਵੀ ਸਿੰਘ ਸ਼ਹੀਦ ਹੁੰਦਾ ਹੈ ਉਹ ਸਤਿਗੁਰੂ ਰਾਮ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਬੈਠਦਾ ਜਾਂਦਾ ਹੈ। ਇਸੇ ਕਰਕੇ ਹੀ ਸਾਰੇ ਸਿੰਘ ਦੌੜ ਦੌੜ ਕੇ ਤੋਪਾਂ ਅੱਗੇ ਖੜ੍ਹੇ ਹੋ ਜਾਂਦੇ ਸਨ, ਸ਼ਹੀਦ ਹੁੰਦੇ ਸਨ। ਸ਼ਹੀਦ ਬਿਸ਼ਨ ਸਿੰਘ ਇਹ ਮਾਈ ਖੇਮਕੋਟ ਦਾ ਪੁੱਤਰ ਸੀ।
इसकी 12 साल की उम्र सी। कावन की मेम ने सोहनी सूरत देख के कहा, यह बच्चा है, इसनू मुआफ कर देवो। कावन ने कहा कि यह कह देवे कि मैं गुरु राम सिंह का सिख नहीं, फिर छड़ दिता जाएगा। बिशन सिंह ने कहा कि मैं कावन के कान विच दसांगा। कावन की दाढ़ी वड्डी सी, बिशन सिंह ने कोल आके जोर नाल दाढ़ी फड़ी, छड़ी नहीं। लागे खड़े सिपाहियों ने बिशन सिंह नू शहीद किया, फिर दाढ़ी हथों छुट्टी। ज्ञानी ज्ञान सिंह जी अपने अखी देखिया हाल इस तरह लिखते हैं, उन हित हुक्म अंग्रेजी आयो, इनको तोपन संग अड़ायो, जब ए हुक्म उन्हें सुन पायो, खुशी पै अत ही अलसायो। मुख पर लाली चढ़ी वधेरे, गावत गुर के शब्द अचेरे, दीवे पर ज्यों आए पतंगे, ताजो तोपन दिस जाए निसंगे, उड़े खुशी है कर सारे, जरा न कीने प्राण प्यारे, ए हमने खुद नैन निहारे, देखते थे जो लोक अपारे। ज्ञानी ज्ञान सिंह जी पंथ प्रकाश विच लिखते हैं, कूके नामधारी सिंघां दी जानकारी कराउंदे हन, सुकल बसन माला सूधी दस्तार दाढ़ी, कर है हमन पाठ ग्रंथ गुरु जी के हैं, दसवें गुरु के सिंह साधक सही हैं सब, लाल साल लाम राज लैबे की अचूके हैं, हेरे जैसे लखन हैं तेरे तैसे ज्ञान सिंह, ऐसे प्रसिद्ध ही अविध सिख कूके हैं। मरे ते कौम है मर जांदी, उस कौम नू सदा प्यास पूजे, ते जेड़ी हंस के बिपता डर जा। 66 ਸਿੰਘਾਂ ਨੂੰ ਤੋਪਾਂ ਨਾਲ ਉਡਾਣ ਪਿੱਛੋਂ ਕਮਿਸ਼ਨਰ ਫਾਰਸਤ ਨੇ ਇੱਕ ਦਰਬਾਰ ਕੀਤਾ, ਜਿਸ ਵਿੱਚ ਕਾਵਨ ਦੀ ਸਿਫਾਰਸ਼ ਨਾਲ ਉਹਨਾਂ ਆਦਮੀਆਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਾਇਤਾ ਕੀਤੀ ਸੀ, ਅਤੇ ਰਾਜਿਆਂ ਨੂੰ ਜਿਨ੍ਹਾਂ ਨੇ ਤੋਪਾਂ ਭੇਜੀਆਂ ਸਨ, ਧੰਨਵਾਦ ਦੀਆਂ ਚਿੱਠੀਆਂ ਭੇਜੀਆਂ ਗਈਆਂ। 18 ਜਨਵਰੀ ਨੂੰ ਹੀ ਕਮਿਸ਼ਨਰ ਫਾਰਸਤ ਮਲੌਦ ਪਹੁੰਚਾ। ਉੱਥੋਂ ਜੋ 4 ਸਿੰਘ ਫੜੇ ਹੋਏ ਸਨ, ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਸਤਾਰਾਂ ਜਨਵਰੀ 1872 ਈਸਵੀ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਸ੍ਰੀ ਪੈਣੀ ਸਾਹਿਬ ਤੋਂ ਲੁਧਿਆਣੇ ਬੁਲਾਇਆ ਗਿਆ ਅਤੇ ਪ੍ਰਦੇਸ਼ ਗਵਨ ਦੀਆਂ ਤਿਆਰੀਆਂ ਹੋ ਗਈਆਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਆਪਣੇ ਛੋਟੇ ਭਰਾ ਭਾਈ ਬੁੱਧ ਸਿੰਘ ਜੀ ਨੂੰ, ਸਤਿਗੁਰੂ ਹਰੀ ਸਿੰਘ ਜੀ ਅਤੇ ਸਮੂਹ ਸੰਗਤ ਨੂੰ ਧੀਰੀ ਦੇ ਰਹੇ ਹਨ। 17 ਜਨਵਰੀ 1872 ਈਸਵੀ ਨੂੰ ਗਾਡੀਵਾਨ ਸੰਤ ਗੁਰਦਿੱਤ ਸਿੰਘ ਜੀ ਸਨ ਅਤੇ ਸਤਿਗੁਰੂ ਰਾਮ ਸਿੰਘ ਜੀ ਨੇ ਜਿਉਂ ਹੀ ਉੱਚੀ ਬਾਂਹ ਕਰਕੇ ਸੰਗਤ ਨੂੰ ਧੀਰੀ ਦੇਣਾ ਚਾਹਿਆ ਤਾਂ ਸੰਗਤਾਂ ਬੁੱਭਾਂ ਮਾਰ ਮਾਰ ਰੋਣ ਲੱਗੀਆਂ ਅਤੇ ਮਸਤਾਨੀਆਂ ਹੋ ਗਈਆਂ। ਸਤਿਗੁਰਾਂ ਦਾ ਵਿਛੋੜਾ ਅਸਹਿ ਹੋ ਗਿਆ ਸੀ। ਅੱਜ ਤੱਕ ਨਾਮਧਾਰੀ ਜਗਤ ਸਤਿਗੁਰਾਂ ਦੀ ਉਡੀਕ ਵਿੱਚ ਹਨ। ਸਤਿਗੁਰੂ ਜੀ ਨੇ ਕਿਹਾ ਹੈ ਕਿ ਬਿੱਲੇ ਮੇਰੇ ਬਾਰੇ ਬਹੁਤ ਕੁਛ ਆਖਣਗੇ, ਤੁਸੀਂ ਨਹੀਂ ਮੰਨਣਾ, ਮੈਂ ਇਸੇ ਰੂਪ ਵਿੱਚ ਹੀ ਵਾਪਸ ਆਵਾਂਗਾ। ਕਹਿੰਦੇ ਨੇ ਭਾਈ ਦੁਸ਼ਮਨ ਸਾਰੀ ਦੁਨੀਆਂ ਹੋਈ ਦੁਨੀਆਂ ਹੋਈ ਸਣੇ ਫਿਰੰਗੀ ਦੇ
दहशत रोई एना कीते खले ने तिले निसंग ते मैं जाना परिंदे ਲੁਧਿਆਣੇ ਕਮਿਸ਼ਨਰ ਫਾਰਸਤ ਅੰਬਾਲਾ ਨੇ 18 ਜਨਵਰੀ 1872 ਨੂੰ ਤੜਕੇ 4 ਵਜੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਦੇ ਨਿੱਜੀ ਸੇਵਕ ਨਾਨੂ ਸਿੰਘ ਅਤੇ 4 ਸੂਬੇ ਲੱਖਾ ਸਿੰਘ ਸਾਹਿਬ ਸਿੰਘ ਜਵਾਹਰ ਸਿੰਘ ਅਰੂੜ ਸਿੰਘ ਸਮੇਤ ਗੋਰਖਾ ਗਾਰਦ ਅਤੇ ਮਿਸਟਰ ਜੈਕਸਨ ਦੀ ਦੇਖਭਾਲ ਹੇਠ ਸਪੈਸ਼ਲ ਟ੍ਰੇਨ ਤੇ ਚਾੜ ਕੇ ਅਲਾਹਾਬਾਦ ਪਹੁੰਚਾ ਦਿੱਤਾ ਗਿਆ। ਉਸੇ ਦਿਨ ਹੀ ਕਰਨਲ ਬੇਲੀ ਦੇ ਹੁਕਮ ਅਨੁਸਾਰ 40 ਗੋਰਖੇ ਸਵਾਰ ਨਾਲ ਲੈ ਕੇ ਸ੍ਰੀ ਪੈਣੀ ਸਾਹਿਬ ਆਇਆ। ਸੂਬਾ ਪਹਾੜਾ ਸਿੰਘ, ਬ੍ਰਹਮਾ ਸਿੰਘ, ਸੁਜਾਨ ਸਿੰਘ, ਕਾਨ ਸਿੰਘ, ਗੋਪਾਲ ਸਿੰਘ, ਹੁਕਮਾ ਸਿੰਘ ਇਹਨਾਂ 6 ਸੂਬਿਆਂ ਨੂੰ ਗ੍ਰਿਫਤਾਰ ਕਰਕੇ ਲੁਧਿਆਣੇ ਭੇਜਿਆ ਗਿਆ ਅਤੇ ਦੂਸਰੀ ਸਪੈਸ਼ਲ ਟ੍ਰੇਨ 'ਤੇ ਚਾੜ ਕੇ ਇਹਨਾਂ ਨੂੰ ਵੀ ਇਲਾਹਾਬਾਦ ਭੇਜ ਦਿੱਤਾ ਗਿਆ। ਅੰਗਰੇਜ਼ ਅੱਜ ਤੱਕ ਯਿਸੂ ਮਸੀਹ ਨੂੰ ਉਡੀਕ ਰਹੇ ਹਨ। ਸਭ ਦੇ ਸਾਹਮਣੇ ਫਾਂਸੀ ਦਿੱਤੀ ਗਈ। ਫਾਂਸੀ ਦਾ ਸੋਗ ਗਲ ਵਿੱਚ ਨਿਕਟਾਈ ਲਾ ਕੇ ਮਨਾਉਂਦੇ ਹਨ। ਚਰਚਾਂ ਵਿੱਚ ਮੋਮਬੱਤੀਆਂ ਜਗਾ ਕੇ, ਬੂਹੇ ਖੁੱਲ੍ਹੇ ਰੱਖ ਕੇ ਅਜੇ ਵੀ ਆਪਣੇ ਪੀਰ ਨੂੰ ਮਿਲਣ ਦੀ ਤਰਲੇ ਕਰਦੇ ਹਨ। ਵਿਛੋੜੇ ਦੇ ਦੁੱਖ ਦਾ ਪਤਾ ਹੁੰਦਿਆਂ ਹੋਇਆਂ ਵੀ ਨਾਮਧਾਰੀ ਸਿੱਖਾਂ ਦੇ ਈਸਾ ਸੀ ਸਤਿਗੁਰੂ ਰਾਮ ਸਿੰਘ ਜੀ ਨੂੰ ਵਿਛੋੜਨ ਲਈ ਇਹਨਾਂ ਨੂੰ ਤਰਸ ਨਹੀਂ ਆਇਆ। ਉਸ ਵੇਲੇ ਦੀ ਅੰਗਰੇਜ਼ ਹਕੂਮਤ ਬੜੀ ਬੇਦਰਦੀ ਨਾਲ ਨਾਮਧਾਰੀਆਂ ਸਿੰਘਾਂ ਨੂੰ ਪੇਸ਼ ਆਉਂਦੀ ਸੀ, ਕਿਉਂਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ। ਇਹ ਭਾਰਤ ਦੇਸ਼ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਇਸ ਕਰਕੇ ਇਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦਿੱਤਾ ਅਤੇ ਨਾਮਧਾਰੀਆਂ ਨੂੰ ਅਨੇਕਾਂ ਹੀ ਕਸ਼ਟ ਝੱਲਣੇ ਪਏ। ਮੰਗਲ ਸਿੰਘ ਬਿਸ਼ਨਪੁਰੀਏ ਨੂੰ ਮਹਾਰਾਜਾ ਪਟਿਆਲਾ ਨੇ ਗ੍ਰਿਫਤਾਰ ਕਰਕੇ ਗੌਰਮੈਂਟ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ ਸਰਕਾਰ ਨੇ ਇਸ ਨੂੰ ਵੀ ਇਲਾਹਾਬਾਦ ਦੇ ਕਿਲ੍ਹੇ ਵਿੱਚ ਹੀ ਭੇਜ ਦਿੱਤਾ। ਇਲਾਹਾਬਾਦ ਤੋਂ 6 ਮਾਰਚ 1872 ਨੂੰ 10 ਸੂਬਿਆਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਸਰਦਾਰ ਮੰਗਲ ਸਿੰਘ ਦਾ ਮਨ ਅੰਦਰੋਂ ਡੋਲਣ ਲੱਗਾ। ਅੰਤਰਜਾਮੀ ਸਭ ਕੁਝ ਜਾਣੇ, ਇਸ ਦੀ ਮਨ ਦੀ ਭਾਵਨਾ ਦੇਖ ਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ, ਸਤਿਗੁਰਾਂ ਕਿਰਪਾ ਕੀਤੀ, ਇਸ ਨੂੰ ਛੱਡ ਦਿੱਤਾ ਗਿਆ। ਸੱਚੇ ਪਾਤਸ਼ਾਹ ਜੀ ਇਸ ਰਾਹੀਂ ਸੰਗਤ ਨੂੰ ਸੁਨੇਹਾ ਭੇਜ ਰਹੇ ਹਨ। ਜਾ ਕੋ ਸਾਡੇ ਸੱਜਣਾ ਤਾਈਂ, ਨਾ ਥਿੜਕਣ ਨਾ ਡੋਲਣ, ਹੁਕਮ ਅੰਦਰ ਸਵਕਾਰ ਹੋ ਰਹੀ ਨੈਣ ਅੰਦਰਲੇ ਖੋਲਣ। ਜਦ ਤੱਕ ਧਰਮ ਤੁਜਾ ਹੋ ਉੱਚੀ, ਕਰਤੇ ਨਾ ਲੈ ਰਾਸੀ, ਭੁੱਲ ਕੇ ਖਾ ਭੁਲੇਖਾ ਕੋਈ, ਗਿਆ ਨਾ ਮੂੰਹੋਂ ਆਖਣ। ਸੱਚੇ ਪਾਤਸ਼ਾਹ ਜੀ ਨੂੰ ਵੀ 11 ਮਾਰਚ 1872 ਨੂੰ ਸੇਵਕ ਨਾਨੂ ਸਿੰਘ ਸਮੇਤ ਇਲਾਹਾਬਾਦ ਤੋਂ ਰੰਗੂਨ ਨੂੰ ਭੇਜਣ ਦੀ ਤਿਆਰੀ ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਕਲਕੱਤੇ ਦੀ ਬੰਦਰਗਾਹ ਤੋਂ ਪੁਲਿਸ ਗਾਰਡ ਦੇ ਪਹਿਰੇ ਹੇਠ ਸੇਵਕ ਨਾਨੂ ਸਿੰਘ ਜੀ ਨਾਲ 11 ਮਾਰਚ 1872 ਨੂੰ ਸ਼ਾਮ ਦੇ 7 ਵਜੇ ਰੰਗੂਨ ਜਾਣ ਲਈ ਰਵਾਨਾ ਹੋਏ ਲੱਗੇ ਤਾਂ ਪੁਲਿਸ ਅਫਸਰ ਨੇ ਕਿਹਾ ਕਿ ਬਾਬਾ ਜੀ ਅਬ ਕਿਆ ਕਰੋਗੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬਿੱਲਿਆ, ਮੈਂ ਘਰ ਘਰ ਰਾਮ ਸਿੰਘ ਕਰ ਚੱਲਿਆ ਹਾਂ, ਇਹ ਅੱਗ ਹੁਣ ਬੁਝੇਗੀ ਨਹੀਂ ਜੋ ਮੈਂ ਲਾ ਚੱਲਿਆ ਹਾਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਬਹੁਤ ਸਮਾਂ ਨਾਮਧਾਰੀ ਸੰਗਤ ਨੂੰ ਪਤਾ ਹੀ ਨਹੀਂ ਲੱਗਾ ਕਿ ਸਤਿਗੁਰਾਂ ਨੂੰ ਅੰਗਰੇਜ਼ ਸਰਕਾਰ ਨੇ ਕਿੱਥੇ ਰੱਖਿਆ ਹੋਇਆ ਹੈ। ਸਤਿਗੁਰਾਂ ਕਿਰਪਾ ਕੀਤੀ, ਮਿਸਟਰ ਬਾਰਬਟਨ ਦੀ ਮੇਮ ਤੋਂ ਜਦੋਂ ਭਾਈ ਦਰਬਾਰਾ ਸਿੰਘ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੂੰ ਰੰਗੂਨ ਵਿੱਚ ਬਹਾਦਰ ਸ਼ਾਹ ਬਾਦਸ਼ਾਹ ਵਾਲੇ ਬੰਗਲੇ ਵਿੱਚ ਰੱਖਿਆ ਹੋਇਆ ਹੈ, ਉਸਨੇ ਆ ਕੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਦੱਸਿਆ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਜਾ ਕੇ ਦਰਸ਼ਨ ਕਰਕੇ ਆ। ਸਭ ਤੋਂ ਪਹਿਲੇ ਸਨ ਦਰਬਾਰਾ ਸਿੰਘ ਜੀ ਦਰਸ਼ਨ ਕਰਕੇ ਆਏ ਸਨ, ਫਿਰ ਹੋਰ ਸਿੱਖ ਜਾਨ ਹਥੇਲੀ 'ਤੇ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦੇ ਰਹੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰੰਗੂਨ ਵਿੱਚ 8 ਸਾਲ 6 ਮਹੀਨੇ ਰਹੇ। ਬੇਲਿਆਂ ਨੇ ਸਲਾਹ ਕੀਤੀ ਕਿ ਪੰਜਾਬੀ ਸਿੰਘ ਰਾਜਾ ਰਾਮ ਜੀ ਨੂੰ ਇੱਥੇ ਮਿਲਣ ਬਹੁਤ ਆਉਂਦੇ ਹਨ, ਇਹਨਾਂ ਨੂੰ ਕਿਸੇ ਹੋਰ ਜਗ੍ਹਾ ਭੇਜਿਆ ਜਾਵੇ ਤਾਂ ਠੀਕ ਹੈ।
ਸਤਿਗੁਰ ਰਾਮ ਸਿੰਘ ਜੀ ਨੂੰ ਤੇ ਸੇਵਕ ਨਾਨੂ ਸਿੰਘ ਨੂੰ ਮਰਗੋਈ ਟਾਪੂ ਵਿੱਚ ਭੇਜ ਦਿੱਤਾ। ਸਤਿਗੁਰੂ ਜੀ ਨੇ ਕਿਹਾ ਜਿੱਥੇ ਮਰਜ਼ੀ ਭੇਜ ਦੇਵੋ ਤੁਹਾਡੇ ਜਵਾਈਆਂ ਨੇ ਇੱਥੇ ਵੀ ਆ ਜਾਣਾ ਹੈ। ਸਿੰਘ ਉੱਥੇ ਵੀ ਭੇਸ ਬਿਟਾ ਕੇ ਦਰਸ਼ਨ ਕਰਨ ਜਾਂਦੇ ਰਹੇ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਹੁਕਮ ਅਨੁਸਾਰ ਸੰਤ ਮੀਹਾਂ ਸਿੰਘ ਜੀ ਪਹਿਲੀ ਵਾਰ ਆਪਣਾ ਭੇਸ ਬਦਲ ਕੇ ਮਰਗੋਈ ਟਾਪੂ ਵਰਮਾ ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ। ਅੰਗਰੇਜ਼ ਪੁਲਿਸ ਨੇ ਬੰਗਲੇ ਦੇ ਲਾਗੇ ਫਿਰਦਿਆਂ ਨੂੰ ਪਕੜ ਲਿਆ ਅਤੇ ਵੱਡੇ ਪੁਲਿਸ ਅਫਸਰ ਪਾਸ ਲੈ ਗਏ। ਇੱਥੇ ਸੰਤ ਮੀਹਾਂ ਸਿੰਘ ਜੀ ਅੰਗਰੇਜ਼ਾਂ ਦੀ ਹਿਰਾਸਤ ਵਿੱਚ ਖੜ੍ਹੇ ਹਨ। ਪੁਲਿਸ ਅਫਸਰ ਨੇ ਇਹਨਾਂ ਨੂੰ ਮਰਗੋਈ ਜੇਲ੍ਹ ਵਿੱਚ ਭੇਜ ਦਿੱਤਾ। ਇੱਥੇ ਸੰਤ ਮੀਹਾਂ ਸਿੰਘ ਜੀ ਨੂੰ ਕੈਦੀ ਬਣਾ ਕੇ ਪੱਥਰ ਕੁੱਟਣ 'ਤੇ ਲਾਇਆ ਹੋਇਆ ਹੈ। ਪੂਰੀ ਸਜ਼ਾ ਭੁਗਤਣ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਗਿਆ। ਫਿਰ ਦੂਸਰੀ ਵਾਰੀ ਸੰਤ ਮੀਹਾਂ ਸਿੰਘ ਜੀ ਜਾਨ ਹਥੇਲੀ 'ਤੇ ਰੱਖ ਕੇ ਮਰਗੋਈ ਟਾਪੂ ਵਿੱਚ ਸ੍ਰੀ ਸਤਿਗੁਰ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਲਈ ਪਹਿਰੇਦਾਰਾਂ ਤੋਂ ਬਚ ਕੇ ਜੰਗਲਾਂ ਟੱਪ ਕੇ ਸਤਿਗੁਰਾਂ ਦੇ ਸਥਾਨ 'ਤੇ ਜਾ ਕੇ ਮੱਥਾ ਟੇਕ ਕੇ ਚੰਗੀ ਤਰ੍ਹਾਂ ਨਾਲ ਦਰਸ਼ਨ ਕੀਤੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਫਿਰ ਬਾਅਦ ਵਿੱਚ ਉਹਨਾਂ ਨੂੰ ਅੰਗਰੇਜ਼ ਸਰਕਾਰ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅੱਖੜ ਚਾਂਗੀ ਮੀਹੋਂ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਰਾ ਸਿੱਖ ਲੰਗ ਗੁਰੂ ਪੈ ਜਾਈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਸੇਵਕ ਨਾਨੂ ਸਿੰਘ ਨੂੰ ਕਈ ਵਾਰੀ ਕਿਹਾ ਸੀ ਕਿ ਤੂੰ ਹੁਣ ਪੰਜਾਬ ਨੂੰ ਚਲੇ ਜਾ, ਮੈਂ ਹੁਣ ਇਕੱਲਾ ਰਹਿਣਾ ਚਾਹੁੰਦਾ ਹਾਂ। ਸੇਵਕ ਨਾਨੂ ਸਿੰਘ ਦਾ ਮਨ ਨਹੀਂ ਸੀ ਮੰਨਦਾ ਜਾਣ ਨੂੰ। ਇੱਕ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਬਾਂਸ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾ ਦਿੱਤੀ। ਨਾਨੂ ਸਿੰਘ ਨੇ ਦੇਖੀ ਤੇ ਕਿਹਾ ਜੇ ਨਾ ਬੁਝਾਈ ਤਾਂ ਬੰਗਲੇ ਨੂੰ ਅੱਗ ਲੱਗ ਜਾਵੇਗੀ। ਜਦੋਂ ਬੁਝਾਉਣ ਲੱਗਾ ਸਤਿਗੁਰਾਂ ਨੇ ਬਾਂਸ ਨਾਲ ਨਾਨੂ ਸਿੰਘ ਨੂੰ ਬਹੁਤ ਕੁੱਟਿਆ ਤੇ ਕਿਹਾ ਤੂੰ ਹੁਣ ਇੱਥੋਂ ਚਲੇ ਜਾ ਪੰਜਾਬ ਨੂੰ। ਸਤਿਗੁਰੂ ਜੀ ਦੀ ਰਜ਼ਾ ਨਾਲ ਅੰਗਰੇਜ਼ ਸਰਕਾਰ ਨੇ ਇਸ ਨੂੰ ਪੰਜਾਬ ਭੇਜ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਬੰਗਲੇ ਵਿੱਚੋਂ ਹੀ ਅਲੋਪ ਹੋ ਗਏ। ਅੰਗਰੇਜ਼ ਸਰਕਾਰ ਨੂੰ ਕੋਈ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਚਲੇ ਗਏ ਹਨ। ਅੰਗਰੇਜ਼ ਅਫਸਰ ਬੜੇ ਹੀ ਹੈਰਾਨ ਸਨ ਕਿ ਸਖ਼ਤ ਪਹਿਰਾ ਹੁੰਦਿਆਂ ਹੋਇਆਂ ਵੀ ਕੋਈ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ ਹਨ। ਫਿਰ ਅੰਗਰੇਜ਼ ਸਰਕਾਰ ਨੇ ਇਹ ਗੱਲ ਬਣਾਈ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਡਾਇਰੀਆ ਜਾਂ ਡੈਸੈਂਚਰੀ ਨਾਲ ਸਰੀਰ ਸ਼ਾਂਤ ਹੋ ਗਿਆ ਹੈ। ਉਸ ਵੇਲੇ ਕੋਈ ਵੀ ਇਹਨਾਂ ਦਿਨਾਂ ਵਿੱਚ ਡਾਇਰੀਆ ਜਾਂ ਡੈਸੈਂਚਰੀ ਨਾਲ ਕੋਈ ਵੀ ਕੈਦੀ ਨਹੀਂ ਮਰਿਆ। ਉਹਨਾਂ ਨੇ ਨਿਸ਼ਾਨੀ ਵਜੋਂ ਇੱਕ ਕੁੜਤਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਦਿੱਤਾ ਕਿ ਇਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਕੁੜਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਮੇਰੇ ਨਾਲੋਂ ਬਹੁਤ ਉੱਚੇ ਸੀ, ਇਹ ਤਾਂ ਮੇਰੇ ਵੀ ਨਹੀਂ ਆ ਸਕਦਾ। ਉਹਨਾਂ ਦਾ ਗੜਵਾ ਦਿਖਾ ਲਓ। ਗੜਵਾ ਆਸਣ ਪੁਗੇ ਮਾਲਾ ਕੁਝ ਵੀ ਨਹੀਂ ਦਿਖਾ ਸਕੇ। ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪਵਿੱਤਰ ਉਪਦੇਸ਼ ਕਿਰਪਾ ਕੀਤੀ ਅਤੇ ਇਸ ਟਿਕਟ ਦੇ ਉੱਪਰ ਜਾ ਕੇ ਰਾਮ ਸਿੰਘ ਨੂੰ ਬੇਸ ਨਿਵਾਸ ਕਰ ਦਿੱਤਾ ਗਿਆ। ਔਰ 1885 ਵਿੱਚ ਇਹ ਗੱਲ ਕਰ ਦਿੱਤੀ ਗਈ ਕਿ ਰਾਮ ਸਿੰਘ ਦਾ ਸਰੀਰ ਚੱਲ ਗਿਆ ਹੈ ਜਾ ਕੇ ਅਗਰ ਸੱਚੇ ਪਾਤਸ਼ਾਹ ਨੇ ਆਖਿਆ ਸਾਨੂੰ ਉਹਨਾਂ ਨੇ ਨਿਸ਼ਾਨੀ ਲਿਆ ਕੇ ਦਿਓ। ਇੱਕ ਕੁੜਤਾ ਲਿਆ ਕੇ ਦਿੱਤਾ, ਉਹ ਮਿਲਟਰੀ ਨੂੰ ਵੇਚ ਕੇ ਚੱਲਦਾ। ਉਹਨੇ ਆਖਿਆ ਉਹ ਮੇਰੇ ਨਾਲ ਇੱਥੇ ਸਾਰੇ ਲੰਬੇ ਸਨ, ਕੋਈ ਗੁਟਕਾ ਕੋਈ ਮਾਲਾ ਕੋਈ ਗੜਵਾ ਕੋਈ ਨਿਸ਼ਾਨੀ ਕਰਨ ਵਾਲੀ ਕੋਈ ਚੀਜ਼ ਨਹੀਂ ਦੇ ਸਕੇ। ਜੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਡਾਇਰੀਆ ਜਾਂ ਡਾਇਸੈਂਟਰੀ ਨਾਲ ਸਤਿਗੁਰੂ ਰਾਮ ਸਿੰਘ ਦਾ ਸਰੀਰ ਸ਼ਾਂਤ ਹੋਇਆ, ਇਹਨਾਂ ਦਿਨਾਂ ਵਿੱਚ ਇਸ ਕਾਲ ਵਿੱਚ ਕੋਈ ਡਾਇਰੀਆ ਜਾਂ ਡਾਇਸੈਂਟਰੀ ਨਾਲ ਕਦੇ ਨਹੀਂ ਮਰਿਆ। 1886 ਵਿੱਚ ਇੱਕ ਚਿੱਠੀ ਕਿਸੇ ਇੱਕ ਅਫਸਰ ਤੋਂ ਦੂਸਰੇ ਵੀ ਜਾਂਦੀ ਹੈ ਕਿ ਸਤਿਗੁਰੂ ਰਾਮ ਸਿੰਘ ਦੂਜੇ ਪਾਸੇ ਨੂੰ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਲੈ ਜਾਓ, ਕਿਸੇ ਰਿਮੋਟ ਦੇ ਉੱਤੇ ਇੱਥੇ ਸਿੱਖ ਆ ਕੇ ਮਿਲ ਕੇ ਜਾਂਦੇ ਨੇ। ਉਹਨਾਂ ਦੀ 1885 ਵਾਲੀ ਗੱਲ ਕਰ ਤੋਰੀ ਗ੍ਰਹਿ ਨੇ ਆਪਣੇ ਕਾਰਜ ਦਿੱਤਾ।
ਇਸ ਤੋਂ ਬਿਨਾਂ ਬਹੁਤ ਸਾਰੇ ਸਰੀਰ ਜਦੋਂ 1800 1914 ਦੀ ਜੰਗ ਲੱਗੀ ਹੈ ਉਹਨਾਂ ਦਿਨਾਂ ਵਿੱਚ ਆਪਣਾ ਨਾਮ ਭਗਤ ਸਿੰਘ ਦੀ ਫੌਜ ਵਿੱਚ ਸੀ ਧਰਨਾ ਸਿੰਘ ਦਾ ਨਾਮ ਸੀ ਹੰਸਰੋ ਪਿੰਡ ਰਾਜਨਗਰ ਦਾ ਉਹਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸਤਿਗੁਰੂ ਰਾਮ ਸਿੰਘ ਇੱਥੇ ਜਰਮਨੀ ਇੱਥੇ ਜਗ੍ਹਾ ਹੈ ਤੇ ਉਹ ਇਹ ਦੋ ਜਣੇ ਸਨ ਇੱਕ ਉਹ ਦਾਲ ਸੀ ਅਤੇ ਉਹ ਟੁੱਟੀਆਂ ਸਨ ਇਕੱਠੇ ਤੁਰੇ ਜਾਂਦੇ ਜਾਂਦਿਆਂ ਮਜ਼ਾ ਹਨੇਰੀ ਆ ਗਈ ਹੈ ਕਿਸੇ ਤਰ੍ਹਾਂ ਇਹ ਵੱਖਰੇ ਵੱਖਰੇ ਹੋ ਗਏ ਅਤੇ ਜਿਹੜਾ ਇਹ ਨਾਮ ਦਾ ਸਿੱਖ ਸੀ ਨਾ ਗਏ ਨਾਮ ਦਾ ਸਿੱਖ ਉਹਨੂੰ ਜਾ ਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋ ਗਏ ਉਹਨੇ ਫਿਰ ਇਹਨੂੰ ਆ ਕੇ ਦੱਸਿਆ ਵੀ ਮੈਂ ਸਤਿਗੁਰੂ ਦੇ ਦਰਸ਼ਨ ਕਰਕੇ ਆਇਆ ਅਤੇ 1914 ਤੋਂ ਬਾਅਦ ਵੀ ਜਾ ਇਹਨਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਵੀ ਤੁਹਾਨੂੰ ਇਹਨਾਂ ਨੇ ਆਖਣਾ ਕਿ ਮਰਿਆ ਬਿਲਕੁਲ ਲਿਖਣ ਦੇ ਤੁਸੀਂ ਨਹੀਂ ਮੰਨਣਾ ਮੈਂ ਜਿਵੇਂ ਆਵਾਂਗਾ ਔਰ ਜਿਹੜੇ ਧਰਮ ਹੈ ਉਹਨੂੰ ਬਲ ਮਿਲੇਗਾ ਸਤਿਗੁਰੂ ਰਾਮ ਸਿੰਘ ਨੇ ਇਸੇ ਚੀਜ਼ ਵਿੱਚ ਆਉਣਾ ਸ੍ਰੀ ਪੈਣੀ ਸਾਹਿਬ ਸਖਤੀਆਂ ਦੇ ਦੌਰ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ 18 ਜਨਵਰੀ 1872 ਈਸਵੀ ਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਸ੍ਰੀ ਪੈਣੀ ਸਾਹਿਬ ਇੱਕ ਬੰਦੀਖਾਨੇ ਦਾ ਰੂਪ ਬਣ ਗਿਆ ਸੀ ਡੀਸ ਚੌਂਕੀ ਗੁਰਦੁਆਰੇ ਦੇ ਮੁੱਖ ਦੁਆਰ 'ਤੇ ਬੈਠ ਗਈ ਸੰਗਤ ਦੀ ਆਵਾਜਾਵੀ ਸ੍ਰੀ ਪੈਣੀ ਸਾਹਿਬ ਘੱਟ ਗਈ ਜੇਕਰ ਸੰਗਤ ਆ ਜਾਂਦੀ ਤਾਂ ਲੰਗਰ ਦੀ ਬਹੁਤ ਮੁਸ਼ਕਲ ਬਣਦੀ ਸਿਪਾਹੀ ਸੰਗਤ ਨੂੰ ਲੰਗਰ ਨਾ ਛਕਣ ਦਿੰਦੇ ਸੋ ਰਾਤ ਦੇ ਹਨੇਰੇ ਵਿੱਚ ਪਹਿਰੇਦਾਰਾਂ ਤੋਂ ਨਜ਼ਰ ਬਚਾ ਕੇ ਗੁਰਦੁਆਰੇ ਦੀ ਛੱਤ ਤੋਂ ਟੋਕਰਿਆਂ ਨਾਲ ਲੰਗਰ ਥੱਲੇ ਲਾ ਕੇ ਦੂਰ ਟਿੱਬਿਆਂ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਲਈ ਬੈਠੀ ਸੰਗਤ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਸੰਗਤ ਤੱਕ ਪਹੁੰਚਾਇਆ ਜਾਂਦਾ ਸੀ ਉਸ ਵੇਲੇ ਦੇ ਅੰਗਰੇਜ਼ ਹਾਕਮਾਂ ਵੱਲੋਂ ਕੀਤੇ ਜ਼ੁਲਮ ਦਾ ਕੁੱਕਿਆਂ ਉੱਪਰ 50 ਸਾਲ ਤੱਕ ਚੱਖੜ ਝੁਲਦਾ ਰਿਹਾ ਇਹ ਤਾਂ ਮੰਨਣਾ ਹੀ ਪਵੇਗਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੇ ਅਨੁਯਾਈਆਂ ਨੇ ਵਿਦੇਸ਼ੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਸਗੋਂ ਇਹ ਸੂਰਮੇ ਉਹਨਾਂ ਵੱਲੋਂ ਕੀਤੀਆਂ ਸਖਤੀਆਂ ਨੂੰ ਵੀ ਅੰਮ੍ਰਿਤ ਜਾਣ ਕੇ ਚੱਲਦੇ ਰਹੇ ਲਗਾਤਾਰ 90 ਸਾਲ ਤੱਕ ਲੜਦਿਆਂ ਰਹਿਣਾ ਕੋਈ ਮਾਮੂਲੀ ਗੱਲ ਨਹੀਂ ਕੂਕਿਆਂ ਨੂੰ ਖਤਮ ਕਰਨ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਗਏ ਸਾਡੇ ਸਿੱਖ ਭਰਾਵਾਂ ਨਾਲੋਂ ਵੱਖ ਕਰਕੇ ਕੂਕਿਆਂ ਨੂੰ ਬਦਨਾਮ ਕਰਨ ਖਾਤਰ ਸਾਡੇ ਸਿੱਖ ਇਤਿਹਾਸ ਨੂੰ ਵੀ ਗਲਤ ਮਲਤ ਕੀਤਾ ਕੂਕਿਆਂ ਨਾਲ ਕਈ ਪ੍ਰਕਾਰ ਦੀਆਂ ਗਲਤ ਗੱਲਾਂ ਜੋੜੀਆਂ ਗਈਆਂ ਪਰ ਇਹ ਸਨ ਨਿਰਾ ਸੱਚ ਜਿਹੜਾ ਕਦੇ ਵੀ ਮੈਲਾ ਨਹੀਂ ਹੁੰਦਾ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪਵਿੱਤਰ ਉਪਦੇਸ਼ ਸਾਡੇ ਅੰਦਰ ਦਿੱਤੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ 35 ਸਾਲ ਇੱਥੇ ਬੜੀ ਕਠਿਨਾਈ ਦੇ ਵਿੱਚ ਕੱਢੇ 5 ਆਦਮੀ ਜਿਹੜੇ ਤੁਸੀਂ ਗੁਰਦੁਆਰੇ ਦਰਸ਼ਨ ਕਰਕੇ ਆਏ ਹੋਵੇ ਉਸ ਦੇ ਅੰਦਰ 5 ਆਦਮੀ 5 ਸਿੱਖ ਦਰਸ਼ਨ ਕਰਨ ਵਾਸਤੇ ਜਾ ਸਕਦੇ ਹਨ ਅਤੇ ਉਹ 5-5 ਵੀ ਆਉਣ ਵਾਸਤੇ ਬਾਹਰ ਜਮ੍ਹਾਂ ਨਹੀਂ ਹੋ ਸਕਦੇ ਜਿਸ ਪਿੰਡ ਵਿੱਚ ਕੋਈ ਨਾਮ ਧਾਰੀ ਪਤਾ ਲੱਗ ਗਿਆ ਵੀ ਰਾਤ ਕੱਟ ਗਿਆ ਉਸ ਦੇ ਲੰਬੜਦਾਰਾਂ ਨੂੰ ਇੱਕ ਦੂਜੇ ਦੀ ਦਾੜੀ ਫੜਾ ਕੇ ਚਪੇੜਾਂ ਕਰਵਾਈਆਂ ਜਾਂਦੀਆਂ ਹਨ ਸਰਕਾਰ ਵੱਲੋਂ ਇਹਨਾਂ ਦੁਖੀ ਕੀਤਾ ਜਾਂਦਾ ਸੀ ਅਤੇ ਨਾਮ ਪਿਆਰੀ ਇੱਥੇ ਚੋਰੀ ਲੁੱਕ ਬਾਹਰ ਹੁਣ ਤਾਂ ਬੜੀ ਆਬਾਦੀ ਹੈ ਜਿਸ ਤਰ੍ਹਾਂ ਬਾਹਰ ਜੰਗਲ ਦੇ ਵਿੱਚ ਹਰਨਾ ਅਤੇ ਬਘਿਆੜਾਂ ਦੇ ਵਿੱਚ ਰਹਿ ਕੇ ਉਹ ਬਾਹਰ ਰਾਤ ਕੱਟਦੇ ਸਨ ਅਤੇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਮਾਤਾ ਜੀਵਨ ਕੌਰ ਸਾਡੇ ਦਾਦੀ ਜੀ ਜਾਂ ਹੋਰ ਕੋਈ ਸਿੱਖ ਸੇਵਕ ਜਿਹੜੇ ਸਨ ਉਹ ਜੰਗਲ ਦੇ ਬਹਾਨੇ ਦਾਲਾਂ ਜਾਂ ਪਸਾਦੇ ਗਡਵੇ 'ਚ ਲਿਜਾ ਕੇ ਉਹਨਾਂ ਨੂੰ ਬਾਹਰ ਜਾ ਕੇ ਦਿੰਦੇ ਸੀ ਉਹ ਪਸਾਦੇ ਜਾਂਦੇ ਗੁਰੂ ਪ੍ਰਤਾਪ ਸਿੰਘ ਜੀ ਦਾ ਜਿਹੜਾ ਜਨਮ ਉਹ ਕਾਰਾਵਾਸ ਵਿੱਚ ਇਹ ਭੈਣੀ ਸਾਹਿਬ ਜਿਹੜਾ ਉਸ ਵੇਲੇ ਜੇਲ੍ਹ ਸੀ ਸਾਡਾ ਪਿੰਡ ਜਿਹੜਾ ਉਹਦੇ ਦੁਆਲੇ ਪਹਿਰਾ ਲੱਗਾ ਸੀ ਕੋਈ ਆਦਮੀ ਅੰਦਰ ਨਹੀਂ ਜਾ ਸਕਦਾ ਅੰਦਰ ਪਾਠ ਨਹੀਂ ਸਨ ਕਰਨ ਦਿੰਦੇ ਜਾ ਕੇ ਚੋਰੀ ਉਹਨਾਂ ਨੇ ਵੇਖਣਾ ਚੋਰੀ ਪਾਠ ਕਰਦੇ ਸਾਂ ਫਿਰ ਸਮਾਂ ਮਿਲ ਗਿਆ ਫਿਰ ਤੁਹਾਨੂੰ ਖਾਵਾਂਗੇ ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਨੇ ਆਪਣੇ ਜਾਣ ਤੋਂ ਪਹਿਲਾਂ ਹੀ ਉਹ ਐਸੀ ਜਗ੍ਹਾ ਬਣਾਈ ਸੀ ਜਿਹੜਾ ਹਰ ਇੱਕ ਆਦਮੀ ਝਟਪਟ ਪਤਾ ਨਹੀਂ ਲੱਗਦਾ ਐਸੀ ਕੋਠੜੀ ਛਿਪੇ ਹੋਏ ਥਾਂ ਬਣਾਈ ਹੈ ਉਹਦੇ ਬੈਠ ਕੇ ਪਾਠ ਕਰਦੇ ਸੀ ਕਦੇ ਕਿਸੇ ਨੇ ਸ਼ਿਕਾਇਤ ਕਰਨੀ ਅਤੇ ਫਿਰ ਪਾਠੀਆਂ ਵਿਚਾਰਿਆਂ ਨੂੰ ਲਿਖਾਉਣਾ ਅਤੇ ਬੜਾ ਉਹ ਕਿੰਨਾ ਉਹ ਪੜ੍ਹਿਆ ਨੂੰ ਪਤਾ ਲੱਗਦਾ ਉਹ ਕੀ ਖੁਸ਼ੀ ਹੋ ਗਈ ਗੁਰੂ ਰਾਮ ਸਿੰਘ
स्वतंत्रता को भी धर्म का अंग समझते थे। हमारे देश में महात्मा गांधी ने जो ऐसा योग इतने जोर से चलाया, उसका गुरु राम सिंह ने प्रायः 50 वर्ष पूर्व ही नामधारियों में प्रचार किया था। उनके सिद्धांतों में 5 चीजें हैं: सरकारी नौकरी का बहिष्कार, सरकारी अदालतों का बहिष्कार, सरकारी स्कूलों का बहिष्कार, विदेशी वस्त्रों का बहिष्कार, ऐसे कानून मानने से इनकार जो अपनी आत्मा के विरुद्ध हों। उन्हें उस वेले ठीक उही नामिरवर्तन का प्रचार किया जो 1920 विच महात्मा गांधी ने किया सी। कई गल्लां विच उस तो भी वध अदालतां दा बाइकाट, अपनी पंचायतां दी कायमी, सरकारी तालीम दा बाइकाट, विदेशी सरकार दे पूरे बाइकाट दे नाल रेल तार अते डाक दे बाइकाट दा भी प्रचार कीता। उस वेले देश इन्ना सत्हीन हो के उन्हां चीजां ते इन्ना निर्भर हो गया सी कि उन्हां दे बाइकाट दी गल सोची भी नहीं सी जा सकती। इस तरह उन्हां डाक दा प्रबंध अपना इन्ना चंगा कर लिया सी कि भाई परमानंद अनुसार उन्हां दी डाक सरकारी डाकनां भी शताब्दी पुजदी सी। सतगुरु राम सिंह जी ने अपनी मातृभूमि नूं सुतंत्रता दिवाउण लई अज तो पौनी सदी पहलों जो महान गौरवशाली परिश्रम कीता, उस दी महानता तो कोई हिंदुस्तानी भी इनकार नहीं कर सकता। कांग्रेस ने आप दे दिखाए हुए रस्ते अख्तियार करके शानदार कामयाबियां प्राप्त कीतियां ने, ते 75 साल दे लगभग समा गुजरन दे उपरंत भी वो प्रोग्राम पुराना नहीं होया जिसनु अमली शक्ल देन लई आपनु कठिन कालना कालनी पई सी। ਗੁਰੂ ਰਾਮ ਸਿੰਘ ਵਰਗਾ ਯੋਗਾ ਆਜ਼ਾਦੀ ਵਾਸਤੇ ਬਹੁਤ ਸੋਚਦਾ ਹੋਵੇ, ਜੇਕਰ ਲੋਕ ਐਸੇ ਵੀ ਹੋ ਜਿਹੜੇ ਦੁਨੀਆਂ ਕਰਦੇ ਹੋ, ਜਿਹੜੇ ਅੰਗਰੇਜ਼ ਦੇ ਪਿੱਛੋਂ ਹੋ, ਉਹਨਾਂ ਨੂੰ ਮੈਂ ਆਖੀ ਕਹਾਂਗਾ ਜੋ ਨੇ ਪੰਜਾਬ ਵਾਸਤੇ ਕੋਈ ਕੰਟਰੀਬਿਊਸ਼ਨ ਨਹੀਂ ਕੀਤੀ। ਮੈਂ ਇਹ ਵੀ ਜਾਣਦਾ ਕਿ ਅੰਗਰੇਜ਼ बड़ा चादर से ठीक कर लिया है, अंग्रेज ने लिखा थी कि नामदारी कदे भी फेथफुल कदे भी लॉयल अंग्रेजा उन्होंने सोचा होगा कि जो शहर जोड़े इतने शीर हुए ने उन्होंने कारप्रदान में कहना चाहना कि आज चीजों की सरकार को शौक मिल जाए या जमीन रहे जिले करना है मच्छर टेकी जाए उन्होंने देखे ज्यादा मच्छर कटके रह जाए या फिर दिल के अंदर शौक हो जाए इना मच्छर देख लिया है जिले कच्चे कर रहे जो हिंदुस्तान की आजादी वास्ते कुर्बानियां हुई भावे फांसी के तख्तियां ते चढ़ना पिया, भावे तोपां अगे खड़ना पिया, भावे काले पानिया दियां सजावां कटनियां पईआं, के सब तो इतिहासक लहर जो सी ओ कूका लहर सी। सतगुरु बाबा राम सिंह जी ने जो इनकलाब लियांदा, इनकलाब कई किस्म दे हुंदे आ, धार्मिक इनकलाब, सियासी इनकलाब, समाजिक इनकलाब, तिन्ने इनकलाब जो लियांदे आ इस देश विच ओह सतगुरु बाबा राम सिंह जी ने लियांदे हन। जो समाज विच बुराइयां सन, शराब पीना, बच्चियां नूं मारना या होर मांस खाना या होर इस तरह दियां बुराइयां, सब दे खिलाफ तकड़े होके आवाज उठाई और लोगों को ठीक रास्ते ते चलाया। इस तरह सियासी इनकलाब जो बहुत वड्डा इनकलाब सी, उस समय हिंदुस्तान के सामने
इको एक निशाना सी कि अंग्रेज नू कढ़ना है, अंग्रेजी हुकूमत का बाइकाट कर रहे हैं। पर मैं समझदा कि वक् वक् लोगों ने अपने तरीके नाल उस विच सहयोग पाया, हिस्सा पाया, कुर्बानियां कीतियां। दुनिया के इतिहास के पन्ने पढ़ लो, किते ऐसी शहादत नहीं हुई कि तोपां दे सामने आप खड़े होके शहादत दित्तियां। पंजाब में सतगुरु जी के नेतृत्व में आजादी की एक मशाल जलाई गई। गांधी जी का सत्याग्रह बहिष्कार बहुत बाद में आया। सतगुरु जी ने भविष्य के पर्दे को चीर कर देख लिया था कि जो ताकत सात समंदर पार से आई है उससे लड़ना होगा, देश को बलिदान के लिए तैयार करना होगा। ये खंडा मलेरकोटले इन्हां 66 सरलथे सूरमे सिंघां दी शहादत नूं ताजा रखण लई अते बरतानवी राज नूं खंड खंड करन दा प्रतीक है। 66 फुट उच्चा खंडा 66 सिंघां दीआं उमरां दे हिसाब नाल मोरियां रखियां गईआं हन। अकाल पुरख श्री सतगुरु जगजीत सिंह जी दा पवित्र उपदेश। मैं सतगुरु राम सिंह दे हुकम नाल तुहानूं अर्ज करन लगा कि जिन्हां दे सिखां ने मौत नूं मुखाल कीते, जे वरियाम सिंह नूं आख्या गया कि तोप दे अगे तेरा कद मेज नहीं आउंदा ते ओह वाण चों ढीमा फड़ के लिया के अगे खलो के आंदा, हुण मेरा कद मेज आउंदा कि नहीं आउंदा कद दे तोप दे सामने। ओह 12 साल दा बिशन सिंह रड़ पिंड दा, रूरगढ़ पिंड उहदा नां, रड़ वी उसनूं आंदे ने, उत्थों दा रहिण वाला। जिस वेले उहनूं इह आख्या गया, उसदी मेम ने आख्या काबंदी ने भई तूं इहनूं छड्ड, इहदा की विचारे दा कसूर है, छोटा जिहा मासूम बच्चा है। ते अंग्रेज बड़ा चलाक सी, उन्हूं पता सी कि यह अपने धर्म से जिन्ना चिर पक्के ने साडियां जड़ां उन्हां चों हिलाउणों नहीं हटणगे। ते उन्होंने उसने आख्या भी इहनूं इह आख भी इह कह देवे भी मैं गुरु राम सिंह का सिख नहीं। बिजन सिंह दा जिहड़ा 12 साल का बच्चा सी उसका मन इन्ना तैयार किया, जिस वेले इह आख्या गया कि कहो मैं सतगुरु राम सिंह का सिख नहीं, हुणे तैनूं छड्ड देंगे, उन्हें मेरी जरा नेड़े होकर गल सुन। एल कावन डिप्टी कमिश्नर जरा लुधियाने का जरा नेड़े होकर गल सुन लगा तो उसकी दाढ़ी में इन्ना जोर में हाथ पाया जिन्ना चिर उसका सिर कट नहीं दिता गया, उसने हाथ नहीं छड़े। कड़क नहरू ने आख्या, डॉक्टर जिंदर प्रसाद ने आख्या, अज 16-26 मई साल के मलेरकोटले बिजली का उद्घाटन करद हो टूकिया के रकड़ उत्थे बीबी इंदिरा जी ने गल आखी भाई यह उ नामदारी से शहीद होए ने जिन्होंने साढ़े वास्ते कुछ किया, उन्होंने अपने वास्ते कुछ नहीं किया, 100 साल पहले जो कुछ किया। बेंत सिंह जिन्हें आया अपने जिन्ना चिर जिंदगी सहार रहे उन्होंने पूरा निभाया। सुहाग बादल ने उन्होंने थले नहीं डिगन दिता, उस तो हाँ होर चार दिन लाए ने बहुत उन्होंने धन्यवाद करते हैं। उन्होंने कोई डिग्रियां नहीं सन पर एक वड्डी डिग्री उन्होंने प्राप्त की, जिसों तक पहुंचा गए पता लगेगा पहुंच दिया भी असी कि नहीं। और वो नामधारी सन जे किसी के हाथों खाते नहीं सन, किसी गल नहीं सन करते, जो राह जो जाना राह पुछता ना एक बंद रखे राह पुछने वास्ते तो उन्होंने आखना तू इनान कर देना ता लगा तू किसी लोगों गल करता रहा, ये कोई बेरी गल नहीं। तुम ये वेख लो ये गुरु गोबिंद सिंह का हुक्म है, ये जब लग खालसा रह न्यारा तब लग तेज जियो सारा, पंजाब सरकार वालों हर साल 17 जनवरी नूं इत्थे मेला लगता है। इस जगह ते सारियां प्रमुख राजसी ते धार्मिक संस्थावां दे मुखी आके शहीदां प्रति श्रद्धा दे फुल भेट करदे आ रहे हैं। मलेरकोटला 17 जनवरी अज इत्थे नामधारी शहीदी स्मारक विखे शहीदां दी याद विच मनाए जा रहे महान शहीदी समागम समय भारत दे साबका प्रधानमंत्री ते भाजपा आगू श्री अटल बिहारी वाजपेयी ने नामधारी शहीदां प्रति अपनी श्रद्धांजलि
अर्पण करने समय कहा, हम देश की आजादी की 50वीं वर्षगांठ मना रहे हैं, पर आज से 126 साल पहले श्री सतगुरु राम सिंह जी की अगुवाई हेठ जो आजादी की मिसाल नामधारी सिखों ने दिलाई और हंसते हंसते देश की खातिर फांसी के तख्ते पर चढ़े और तोपों से उड़े, आज हम आजाद हैं, तो ऐसे नामधारी सिखों की बलिदान के ही कारण है। महात्मा गांधी जी ने श्री सतगुरु राम सिंह जी दे उलीके नामिल वर्तन दे प्रोग्राम नू अपना के सारे देश नू प्रेरणा दिती अते भारत देश इन्हां दे हथों आजाद करवाया। जय हिंद। इस फिल्म विच सूबा तरसेम सिंह जी भिमरा दी प्रेरणा नाल संत परमजीत सिंह न्योते दे सपुत्र संत गुरमुख सिंह न्योते आयरलैंड वाले ने कंप्यूटर का काम उसने किया है, अपनी वालों शुद्धिकरण विच पूरा जतन किया है। भुलनहारा सब को अपुल गुरु करतार, गलतियां हो जानियां संभव हैं, सब पासों हिमा की जाचना की जाती है। समाप्त। सत श्री अकाल।